ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਸਹਿਬਾ ਪ੍ਰੋਫੈਸਰ ਸਾਹਿਬ ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਮੋਰਚਾ ਉੱਥਾਂ ਤੇ ਕਿਸਾਨ ਐਸਐਸਐਮ ਜਿਹੜਾ ਹੈ ਸੰਯੁਕਤ ਸਮਾਜ ਮੋਰਚਾ ਰਾਜੇਵਾਲ ਸਾਹਿਬ ਦਾ ਉਧਰ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਤੇ ਇਧਰ ਬੂਟਾ ਸਿੰਘ ਬੁਰਜਗਿਲ ਹੋਰਾਂ ਦਾ ਰੌਲਾ ਉਧਰ ਜਗਿੰਦਰ ਸਿੰਘ ਉਗਰਾਹਾ ਸਾਹਿਬ ਜਿਹੜੇ ਨੇ ਉਹਨਾਂ ਦਾ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਰੌਲਾ ਪੈ ਰਿਹਾ ਤੇ ਉਧਰਲੇ ਬੰਨੇ ਕਿਸਾਨੀ ਮੰਗਾਂ ਲਟਕਦੀਆਂ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਨਜ਼ਰ ਆਉਂਦੀਆਂ ਜਾਂ ਜਦੋਂ ਇਹਨਾਂ ਦੇ ਫੰਡਾਂ ਦੀ ਗੱਲ ਤੁਰਦੀ ਹੈ ਤਾਂ ਇਹ ਵੀ ਸਵਾਲ ਉੱਠਦੇ ਨੇ ਕਿ ਜਿਹੜੇ ਕਿਸਾਨਾਂ ਦੇ ਵਿੱਚ ਖੁਦਕੁਸ਼ੀਆਂ ਕਰ ਰਹੇ ਨੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਘਰ ਤਾਂ ਕਹਿੰਦੇ ਪੂਰੇ ਨਹੀਂ ਹੋਏ ਪਰ ਕਿਸਾਨ ਆਗੂਆਂ ਦੇ ਘਰ ਪੂਰੇ ਹੋ ਗਏ ਤੇ ਅੱਜ ਜਦੋਂ ਲੜ ਲੜ ਕੇ ਜਾਂ ਇਹਨਾਂ ਦੇ ਰੋਲੇ ਰੱਬੇ ਜਦੋਂ ਸਾਹਮਣੇ ਆਉਂਦੇ ਨੇ ਅੰਦਰੂਨੀ ਗੱਲਾਂ ਨਿਕਲ ਕੇ ਬਾਹਰ ਆਉਂਦੀਆਂ ਤਾਂ ਉਹਦਾ ਖਾਮਿਆਜ਼ਾ ਜਿਹੜਾ ਆ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਵੀ ਭੁਗਤਣਾ ਪੈਣਾ ਜਿਹੜੇ ਅੱਜ ਵੀ ਇਹਨਾਂ ਨੂੰ ਆਪਣਾ ਆਗੂ ਕਬੂਲ ਕਰਕੇ ਇਹਨਾਂ ਦੀ ਅਗਵਾਈ ਦੇ ਵਿੱਚ ਕਿਸਾਨੀ ਮੰਗਾਂ ਪੂਰੇ ਹੋਣ ਦੀ ਉਮੀਦਾਂ ਰੱਖਦੇ ਨੇ ਸਖਵਿੰਦਰ ਦੇਖੋ ਜਿਹੜਾ ਕਲਾਸਿਕਲ ਲਿਟਰੇਚਰ ਹੈਗਾ ਮੂਵਮੈਂਟਸ ਦੇ ਉੱਤੇ ਉਹਦੇ ਵਿੱਚ ਕਿਸਾਨੀ ਜਿਹੜੀ ਆ ਹਮੇਸ਼ਾ ਹੀ ਮਾਰਕਸ ਨੇ ਤੇ ਇਹਨਾਂ ਨੂੰ ਸੈਕ ਆ ਪੋਟੈਟੋ ਕਿਹਾ ਇਹ ਜਿਹੜਾ ਬੋਰਾ ਹੁੰਦਾ ਨਾ ਆ ਆਲੂਆਂ ਦਾ ਇੰਨਾ ਤੋਂ ਬਹੁਤੀ ਉਮੀਦ ਕਿਸਾਨੀ ਤੋਂ ਨਹੀਂ ਸੀ ਲਾਉਂਦੀ ਹਾਲਾਂਕਿ ਇਸ ਗੱਲ ਦਾ ਕਾਫੀ ਲੈਫਟ ਪਾਰਟੀਆਂ ਨੂੰ ਬਾਅਦ ਵਿੱਚ ਭੁਗਤਣਾ ਵੀ ਪਿਆ ਕਿਉਂਕਿ ਲੋਕਾਂ ਨੇ ਕ੍ਰਿਟਿਸਿਜ਼ਮ ਕੀਤਾ ਕਿ ਤੁਹਾਡੇ ਗੁਰੂ ਕੰਟਾਲ ਨੇ ਆਈਡੀਆਲੋਗ ਨੇ ਇਹ ਕਿਵੇਂ ਕਹਿ ਦਿੱਤਾ ਉਦੋਂ ਸੇਕੋ ਪੋਟੈਟਰ ਦਾ ਮਤਲਬ ਸੀ ਪੀਓ ਇਕੱਠੇ ਤੇ ਰਹਿੰਦੇ ਆ ਜਿਵੇਂ ਬੋਰੀ ਬਾਹਰੋਂ ਦਿਖਦੀ ਹੈ ਤੇ ਜਿਵੇਂ ਮੰਡੀ ਚ ਲੈ ਜਾਓ ਤੇ ਜਦੋਂ ਹਿੱਲ-ਹਿੱਲ ਕੇ ਇੱਕ ਜੇ ਇੱਕ ਵਾਰੀ ਮੜ ਜਾ ਮੂੰਹ ਖੁੱਲ ਜਾ ਤੇ ਸਾਰੇ ਇਕੱਲਾ ਇਕੱਲਾ ਡੇਗਦਾ ਤੁਰਿਆ ਜਾਂਦਾ ਤੇ ਮੰਡੀ ਚ ਜਾ ਕੇ ਖਾਲੀ ਬੋਰਾ ਮਿਲਦਾ ਇਹ ਆਪਾਂ ਨੂੰ ਪਤਾ ਇਸ ਕਿਸਮ ਦਾ ਕ੍ਰਿਟਿਸਿਜ਼ਮ ਉਹਦਾ ਇੱਕ ਆਪਣੇ ਆਈਡੀਆ ਦੇ ਲੈਵਲ ਤੇ ਇੱਕ ਥੀਰੀ ਦੇ ਲੈਵਲ ਤੇ ਸੀਗਾ ਪ੍ਰੈਕਟੀਕਲੀ ਨਹੀਂ ਉਦੋਂ ਬਾਅਦ ਤੇ ਮਾਓ ਨੇ 20 ਸਾਲ ਉਹ ਉਹਨਾਂ ਸਾਰੀਆਂ ਥੀਰੀਆਂ ਨੂੰ ਇੱਕ ਪਾਸੇ ਰੱਖ ਕੇ ਲੌਂਗ ਮਾਰਚ ਕੀਤਾ ਤੇ 1949 ਦੇ ਵਿੱਚ ਚੀਨ ਦੇ ਵਿੱਚ ਇੱਕ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਚ ਇਨਕਲਾਬ ਕਹਿੰਦੇ ਕੀਤਾ ਜਿਹੜਾ ਉਹਨੂੰ ਇਨਕਲਾਬ ਉਹ ਕਹਿੰਦੇ ਨੇਚਰਲੀ ਤੇ ਅੱਜ ਵੀ ਉੱਥੇ ਜਿਹੜੀ ਕਮਿਊਨਿਸਟ ਪਾਰਟੀ ਦਾ ਕੰਟਰੋਲ ਬਕਾਇਦਾ ਉਸੇ ਤਰੀਕੇ ਨਾਲ ਮਜ਼ਬੂਤੀ ਨਾਲ ਹੈ ਹਾਲਾਂਕਿ ਰਸ਼ੀ ਆਦਤ ਤੇ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਬਣਿਆ ਉਹ ਇਟ ਫੈਲਡ ਅਪਾਰਟ ਲਾਈਕ ਅ ਹਾਊਸ ਆਫ ਕਾਰਡਸ ਜਿਹਨੂੰ ਕਹਿੰਦੇ ਆ ਬਿਲਕੁਲ ਪਤਾ ਹੀ ਨਹੀਂ ਲੱਗਾ ਜਿਵੇਂ ਐਡੀ ਵੱਡੀ ਐਮਪਾਇਰ ਸੀ ਬਿਨਾਂ ਕਿਸੇ ਫਾਇਰ ਤੋਂ ਹੀ ਕੀਤਾ ਬਿਨਾਂ ਕੁਝ ਉਹਦੇ ਨਾਲੋਂ ਤੇ ਜ਼ਿਆਦਾ ਕਈ ਗੁਣਾ ਵੱਡਾ ਯੂਕਰੇਨ ਦੇ ਵਿੱਚ ਰੌਲਾ ਪਿਆ ਇੱਕ ਛੋਟੇ ਜਿਹੇ ਦੇਸ਼ ਦੇ ਵਿੱਚ ਅ ਮੈਂ ਕਿਉਂ ਇਹ ਭੂਮਿਕਾ ਬਣਾ ਰਿਹਾ ਆਪਣੀ ਗੱਲ ਦੀ ਕਿ ਸਾਨੂੰ ਹਮੇਸ਼ਾ ਕਿਉਂਕਿ ਅਸੀਂ ਇੱਕ ਲੰਬੀ ਇਨਿੰਗਸ ਆ ਆਈਡੀਆ ਦੇ ਲੈਵਲ ਤੇ ਥਿਊਰੀ ਤੇ ਲੈਵਲ ਤੇ ਅਲੱਗ-ਅਲੱਗ ਵਿਚਾਰਧਾਰਾਵਾਂ ਦੇ ਲੈਵਲ ਤੇ ਤੇ ਇਹਨਾਂ ਦੀ ਆਪਣੀ ਵੀ ਜਿਹੜੀ ਕਾਰਗੁਜ਼ਾਰੀ ਆ ਕਿਸਾਨਾਂ ਦੀ ਉਹਦੇ ਵੀ ਪੱਧਰ ਤੇ ਬਹੁਤ ਕੁਝ ਵਿਚਰਦੇ ਸੋਚਦੇ ਗੱਲਬਾਤ ਕਰਦੇ ਰਹੇ ਆ ਅੱਜ ਵੀ ਅਸੀਂ ਇਨਟੱਚ ਨਹੀਂ ਅੱਜ ਵੀ ਸਾਨੂੰ ਪੂਰੀ ਉਸੇ ਤਰੀਕੇ ਨਾਲ ਦਿਲਚਸਪੀ ਕਿਸਾਨ ਅੰਦੋਲਨਾਂ 'ਚ ਹੁੰਦੀ ਹੈ ਜੀ ਦੇਖਣ ਵਾਲੀ ਗੱਲ ਇਹ ਆ ਸੁਖਵਿੰਦਰ ਜੀ ਕਿ ਪਹਿਲਾ ਇੱਕੋ ਹੀ ਯੂਨੀਅਨ ਸੀ 70 ਵਿੱਚ ਉਹਨੂੰ ਕਹਿੰਦੇ ਸੀ ਭਾਰਤੀ ਕਿਸਾਨ ਯੂਨੀਅਨ ਜੀ ਬਾਅਦ ਵਿੱਚ ਬਣੀ ਰਾਜੇਵਾੜ ਫਿਰ ਉਹਦੇ ਚੋਂ ਇਹ ਬੱਤੀ ਬਣੀ ਹੁਣ ਉਹਦੀ ਆਡੀਆਲੋਜੀ ਤੇ ਲੱਗ 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 ਜਾਨੀ ਇੱਕ ਸ਼ਬਦ ਵਰਤਦੇ ਹੁੰਦੇ ਸੀਗੇ ਜਿਹੜੀ BKU ਹੁਣ ਡੱਲੇਵਾਲ ਵਾਲੀ ਆ ਉਹਨਾਂ ਦੇ ਪ੍ਰਧਾਨ ਪਸ਼ौरा ਸਿੰਘ ਕਹਿੰਦੇ ਸੀ ਸਾਡੀ BKU ਤੇ ਇੱਕ ਸੂਰੀ ਆ ਸੂਰੀ ਦੇ ਬੱਚੇ ਬਹੁਤ ਹੁੰਦੇ ਆ ਦਾਸ 12 ਬੱਚੇ ਇੱਕ ਵਾਰੀ ਉਹ ਲਟਰ ਦਿਨ ਕਹਿੰਦੇ ਦਿੰਦੀ ਆ ਤੇ ਉਸ ਤਰੀਕੇ ਨਾਲ ਸਾਡੇ ਤੇ 2 ਤੋਂ 4 4 ਤੋਂ 8 8 ਤੋਂ 16 ਹੁੰਦੇ ਐਂਉਂ ਲੱਗਦਾ ਕੋਈ ਚੇਰ ਨਹੀਂ ਲੱਗਦਾ ਹੈ ਫੱਟ ਦੇਣੀ ਸਾਡੀ ਕਹਿੰਦਾ ਫਿਰ ਉਹ ਗਿਣਦੇ ਹੁੰਦੇ ਸੀ ਮੇਰੀ ਆਪਣੀ ਉਹਨਾਂ ਨਾਲ ਗੱਲਬਾਤ ਹੁੰਦੀ ਉਹ ਸਾਡੇ ਚ ਨਹੀਂ ਰਹੇ ਹੈਨਾ ਵਿਚੋਰਾ ਸਿੰਘ ਹੁਣੀ ਉਹ ਆਪਣੀ ਲੰਬੀ ਡਿਟੇਲ ਕਿਹੜੀ ਯੂਨੀਅਨ ਕਦੋਂ ਕਿਵੇਂ ਕਿਉਂ ਅਲੱਗ ਹੋਈ ਜੇ ਤੁਹਾਨੂੰ ਕਿਤੇ ਟਾਈਮ ਹੋਵੇ ਤੇ ਉਹ ਰਾਜੇਵਾਲ ਹੁਣੀ ਵੀ ਸਾਰਾ ਅਕਾਊਂਟ ਦੇ ਸਕਦੇ ਸਭ ਤੋਂ ਪੁਰਾਣੇ ਲੀਡਰ ਉਹ ਇੱਥੇ ਰਹੇ ਇਸ ਏਰੀਆ ਦੇ ਅਜੇ ਵੀ ਹੈਗੇ ਆ ਹੋਰ ਵੀ ਉਹਨਾਂ ਤੋਂ ਪਹਿਲਾਂ ਹੋਰ ਕਿਸਾਨ ਯੂਨੀਅਨ ਨਾ ਮੈਂ ਬੀਕੇ ਜੂਦੀ ਗੱਲ ਕਰਦਾ ਜਿਹੜੀ ਮੇਨਲੀ ਸਾਰੀ ਅਗਵਾਈ ਇੱਥੇ ਚੱਲ ਰਹੀ ਸੀ ਇਸ ਮੋਰਚੇ ਬੰਦੀ ਚ ਵੱਖ-ਵੱਖ ਦੇਖੋ ਇੱਕ ਕਿਸਮ ਦਾ ਵਖਰੇਵਾ ਹੋਵੇ ਤੇ ਬੰਦਾ ਸੋਚਦਾ ਵਖਰੇਵੇਂ ਕਈ ਕਿਸਮ ਦੇ ਸੀ ਵਿਚਾਰਧਾਰਕ ਕੁਝ ਲੈਫਟ ਆ ਕੋਸੈਂਟਰਿਸਟ ਆ ਕੁਝ ਕਿਸੇ ਕਿਸਮ ਦੇ ਕੁਝ ਕਿਸ ਕਿਸਮ ਦੇ ਸੀ ਉਹਦੇ ਚ ਲੈਫਟ ਵੀ ਕਿਤੇ ਇੱਕ ਕਿਸਮ ਦਾ ਰੰਗਤ ਨਹੀਂ ਆ ਕੁਝ ਗੁਲਾਬੀ ਆ ਕੁਝ ਗੂੜਾ ਲਾਲ ਆ ਕੁਝ ਤੇ ਬਿਲਕੁਲ ਹੀ ਸੁਰਖਿਆ ਕੂਨਵਰ ਦਾ ਉਹਨਾਂ ਦਾ ਨਾਮ ਵੀ ਇਹੋ ਜਿਹੇ ਕਈ ਰੱਖੇ ਹੋਏ ਆ ਤਾਂ ਉਹਦੇ ਚ ਵੀ ਕਈ ਛੇੜ ਆ ਲੈਫਟ ਵਿੱਚ ਇੱਕ ਵੱਡਾ ਧੜਾਏ ਆ ਵੀ ਜੀ ਸੀ ਪੀ ਆਈ ਸੀ ਪੀ ਐਮ ਮੰਗਤ ਰਾਮ ਪਾਸਲਾ ਜਿਸ ਤਰ੍ਹਾਂ ਦੀਆਂ ਵੀ ਤੁਸੀਂ ਉਹਨਾਂ ਦੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਜੀ ਉਹਨਾਂ ਨੂੰ ਤੁਸੀਂ ਲਿਆ ਜਾਏ ਤੇ ਉਹ ਚੋਣਾਂ ਚ ਹਿੱਸਾ ਲੈਂਦੇ ਆ ਨਕਸਲਾਈਟ ਵੀ ਕੁਝ ਹਿੱਸਾ ਲੈਂਦੇ ਜਿਤਨਾ ਲਿਬਰੇਸ਼ਨ ਹੈ ਭਾਰਤੀ ਕਿਸਾਨ ਯੂਨੀਅਨ ਸੀਪੀਆਈਐਮਐਲ ਲਿਬਰੇਸ਼ਨ ਅੱਡੀ ਲੰਮੀ ਪੂਛ ਚਲਦੀ ਹੈ ਨਾ ਉਹ ਨਾ ਉਹ ਭਾਰਤੀ ਕਿਸਾਨ ਯੂਨੀਅਨ ਉਹ ਸੀਪੀਆਈਐਮਐਲ ਲਿਬਰੇਸ਼ਨ ਕਹਿੰਦੇ ਆ ਉਹਨਾਂ ਦੀ ਜਿਹੜੀ ਕਿਸਾਨ ਬੇਗਿਆ ਉਹ ਹਿੱਸਾ ਲੈਂਦੇ ਆ ਖੁੰਡੇ ਵਾਲਾ ਬਾਬਾ ਜੇ ਆਪਾਂ ਜਿਹੜੇ ਜੇ ਥੋੜਾ ਉਹਨੂੰ ਸ਼ਾਰਟ ਹੈਂਡ 'ਚ ਸਮਝਣਾ ਆਉਂਦੇ ਕਿ ਉਹ ਕੌਣ ਸੀਗੇ ਖੁੰਡੇ ਵਾਲੇ ਬਾਬੇ ਉਹ ਕਿਸਾਨ ਚੋਣਾਂ 'ਚ ਹਿੱਸਾ ਲੈਂਦੇ ਆ ਉਹ ਪਿੱਛੇ ਜਦੋਂ ਚੋਣਾਂ 'ਚ ਹਿੱਸਾ ਲੈ ਕੇ ਪਹਿਲਾਂ ਫਿਰ ਬਾਅਦ 'ਚ ਵਿਦਡਰਾ ਕਰ ਗਏ ਸੀ ਉਹ ਵੀ ਕਈ ਉਹ ਆਪਣੇ ਆਪ 'ਚ ਕਹਾਣੀਆਂ ਹੈਗੀਆਂ ਹੁਣ ਜਿਹੜੇ ਨਹੀਂ ਸੀਗੇ ਉਹ ਕਈ ਵਾਰੀ ਚੋਣਾਂ 'ਚ ਹਿੱਸਾ ਲੈਂਦੇ ਕਈ ਵਾਰੀ ਉਹ ਕਹਿੰਦੇ ਸੀ ਅਸੀਂ ਬਿਲਕੁਲ ਰਾਜਨੀਤਿਕ ਲੋਕਾਂ ਤੋਂ ਅਲੱਗ ਰਹਿਣਾ ਰਾਜਨੀਤੀ 'ਚ ਹਿੱਸਾ ਨਹੀਂ ਲੈਣਾ ਸਾਡੀਆਂ ਕਿਸਾਨਾਂ ਦੀਆਂ ਯੂਨੀਅਨਾਂ ਤੇ ਅਸੀਂ ਇੱਕ ਟ੍ਰੇਡ ਯੂਨੀਅਨ ਦੇ ਤੌਰ ਤੇ ਹੀ ਕੰਮ ਕਰਨਾ ਪਰ ਇਹ ਤੇ ਇਹਨਾਂ ਨੂੰ ਪਤਾ ਹੀ ਨਾ ਲੱਗਾ ਕਿ ਟ੍ਰੇਡ ਯੂਨੀਅਨ ਕਰਦੇ 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 ਇਹ ਕਿੱਡੀ ਵੱਡੀ ਰਾਜਨੀਤਿਕ ਸ਼ਕਤੀ ਬਣ ਗਏ ਪੰਜਾਬ ਦੇ ਵਿੱਚ ਇਹਨਾਂ ਨੂੰ ਖੁਦ ਹੀ ਅਹਿਸਾਸ ਨਹੀਂ ਹੋਇਆ ਇਹ ਆਪਣੀਆਂ ਛੋਟੀਆਂ ਸਾਈਲੋਜ਼ ਕਹੇ ਲੋ ਜਾਂ ਛੋਟੀਆਂ-ਛੋਟੀਆਂ ਖਿੜਕੀਆਂ ਤੋਂ ਬਾਹਰ ਖੁੱਲ ਕੇ ਦੇਖ ਨਹੀਂ ਸਕੇ ਲੋਕ ਇਹ ਤੇ ਉਹੀ ਗੱਲ ਆ ਕਾਮਰੇਡਾਂ ਬਾਰੇ ਮਜ਼ਾਕ ਕਰ ਮਜ਼ਾਕ ਵਿੱਚ ਕਹਿੰਦੇ ਹੁੰਦੇ ਸੀ ਕਿ ਕਾਮਰੇਡ ਬੜੀ ਤਕੜੀ ਮੀਟਿੰਗ ਵੱਡੀ ਸੱਦੀ ਸਾਰੀ ਰਾਤ ਬੈਸਾ ਹੁੰਦੀਆਂ ਗੀਆਂ ਫਲਾਨਾ ਟਮਕਾਣਾ 4 ਵਜੇ ਸਵੇਰ ਦੇ 10-10 ਕੱਪ ਚਾਹ ਦੇ ਪੀਲੇ ਵਿੱਚ ਹੋਰ ਜੋ ਵੀ ਹੈ ਜਾਗਦੇ ਰਹਿਣਾ ਬੜਾ ਬੜਾ ਮਿਹਨਤ ਦਾ ਕੰਮ ਸੀ ਫਿਗਰ ਮੰਦੀ ਦਾ ਕੰਮ ਇਹ ਮਜ਼ਾਕ 'ਚ ਗੱਲ ਕਰ ਦਿੰਦੇ ਆ ਗੱਲ ਬਣਾਈ ਹੋਈ ਆ ਮਤਲਬ ਤੇ 4:00 ਵਜੇ ਬਾਹਰੋਂ ਕੁੰਡਾ ਖੜ ਗਿਆ ਕਹਿੰਦੇ ਵੀ ਤੂੰ ਗੌਣਿਆ ਮੀਟਿੰਗ ਤੋਂ ਬਾਅਦ ਕਹਿੰਦੇ ਜੀ ਮੈਂ ਇਨਕਲਾਬ ਆਇਆ ਜਿਹੜੀ ਤੁਸੀਂ ਮੀਟਿੰਗ ਕਰਦੇ ਆ ਉਹਦਾ ਮੈਂ ਆ ਗਿਆ ਤੇ ਯਾਰ ਅਸੀਂ ਤੇ ਅਜੇ ਰੈਜ਼ੋਲੂਸ਼ਨ ਹੀ ਨਹੀਂ ਪਾਇਆ ਤੂੰ ਕਿੱਥੋਂ ਆ ਗਿਆ ਭਾਜਾ ਇੱਥੋਂ ਲੜ ਰੇ ਸੀ ਇਨਕਲਾਬ ਲਈ ਇਨਕਲਾਬ ਆ ਗਿਆ ਬਰੂਹਾ ਤੇ ਕਹਿੰਦੇ ਭਾਜਾ ਅਸੀਂ ਅਜੇ ਫੈਸਲਾ ਨਹੀਂ ਕੀਤਾ ਤੈਨੂੰ ਬੁਲਾਉਣ ਦਾ ਜਾਂ ਤੈਨੂੰ ਲਿਆਉਣ ਦਾ ਜਦੋਂ ਰੈਜ਼ੋਲੂਸ਼ਨ ਪੈ ਜਾਊ ਪੂਰੀ ਮੈਜੋਰਿਟੀ ਹੋ ਜਾਊਗੀ ਲਿਖਤੀ ਹੋ ਜਾਊਗਾ ਉਦੋਂ ਤੂੰ ਆਪਣਾ ਕੰਡਾ ਖੜਕਾ ਚਲਾ ਗਿਆ ਉਹ ਮੁੜ ਕੇ ਆਇਆ ਹੀ ਮੈਂ ਤੈਨੂੰ ਕਿਉਂ ਗਲ ਕਹਿ ਰਿਹਾ ਇੱਥੇ ਇੰਨੀ ਵਨ ਸਮੰਨੀ ਭਾਂਤ ਭਾਂਦੀ ਵਣਮਣ ਦੀ ਲੱਕੜੀ ਉੱਥੇ ਬੱਤੀਆਂ ਦੇ ਵਿੱਚ ਸੀਗੀ ਆਪਾਂ ਨੂੰ ਪਤਾ ਹੀ ਹੈ ਤਾਂ ਹੀ ਇੱਕ ਵਾਰੀ ਇੱਕ ਵਾਰੀ ਚੜਾਈ ਇੰਨੀ ਹੋ ਗਈ ਕਿ ਸਾਰਾ ਪੰਜਾਬ ਕੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਸੀ ਉਹ ਇਹਨਾਂ ਤੋਂ ਇਹ ਉਮੀਦ ਲਾ ਲਏ ਕਿ ਇਹਨਾਂ ਨੂੰ ਸੱਤਾ ਮਿਲਣੀ ਚਾਹੀਦੀ ਪਰ ਇਹਨਾਂ ਨੂੰ ਨਹੀਂ ਇਹ ਇਸ ਗੱਲ ਦਾ ਅਹਿਸਾਸ ਹੋਇਆ ਮੈਨੂੰ ਮੈਨੂੰ ਬੜੇ ਅੰਦਰੋਂ ਦੁੱਖ ਨਾ ਘਹਿਣਾ ਪੈਂਦਾ ਅੱਜ ਵੀ ਕਈ ਰੱਟਾ ਲਾਈ ਜਾਂਦੇ ਲੋਕੀ ਰਾਜੇਵਾਲ ਕਿਉਂ ਗਿਆ ਰਾਜੇਵਾਲ ਰਾਜੇਵਾਲ ਨਿੱਜੀ ਤੌਰ ਤੇ ਨਹੀਂ ਸੀ ਜਾਣ ਚਾਹੁੰਦਾ ਉਹਨੂੰ ਅੱਗੇ ਲਾ ਕੇ ਤੋੜਿਆ ਗਿਆ ਇਸ ਪਾਸੇ ਉਹ ਖੜਾ ਰਹਿ ਗਿਆ ਇਹ ਭੱਜ ਗਿਆ ਪਿੱਛੋ ਇੱਕ ਢੀ ਮਾੜੀ ਗੱਲ ਆ ਕਿਸੇ ਵੀ ਬੰਦੇ ਨੂੰ ਤੁਸੀਂ 20 25 ਬੰਦੇ ਹੋ ਕੇ ਇਕੱਠੇ ਹੋ ਕੇ ਕਹੋ ਕਿ ਤੂੰ ਯਾਰ ਸਾਡਾ ਲੀਡਰ ਹੈ ਤੂੰ ਚੱਲ ਲੱਗੇ ਤੇ ਉਹ ਮਗਰੋਂ ਪਿੱਛੇ ਮੁੜ ਕੇ ਵੇਖੇ ਪਿੱਛੇ ਚਾਰ ਵੀ ਨਾ ਹੋਣ ਭੱਜ ਗਏ ਇਹ ਮਾੜੀ ਗੱਲ ਆ ਬੇਕਰਤੂਤੀਆਂ ਗੱਲਾਂ ਆ ਉਥੇ ਇਹ ਲੋਕਾਂ ਨੇ ਵਿੱਚ ਪਸੂੜੀ ਪਾਈ ਮੈਂ ਨਾ ਨਹੀਂ ਲੈਣਾ ਸਾਨੂੰ ਸਾਰੇ ਪਿਆਰੇ ਸਤਕਾਰਤ ਲੀਡਰ ਹੈ ਪਰ ਇਹਨਾਂ ਨੇ ਆਪਣਾ ਬਚਗਾਨਾ ਇਮੈਚਿਉਰਿਟੀ ਮੈਂ ਕਹੂੰਗਾ ਰਾਜਨੀਤਿਕ ਬਚਗਾਨਾਪਣ ਬਿਲਕੁਲ ਸ਼ਰਮ ਓਪਨਲੀ ਦਿਖਾਇਆ ਪਹਿਲੀ ਗੱਲ ਕਿੱਥੇ ਦਿਖਾਇਆ ਕਿ ਜਦੋਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਅਨਾਉਂਸ ਹੀ ਕਰਤਾ ਸੀਗਾ ਕਿ ਅਸੀਂ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲੇ ਤੇ ਸਾਨੂੰ ਕਰੋ ਆਫ ਮਾਫੀ ਮਾਫੀ ਮੰਗ ਲਈ ਕਿ ਕੋਈ ਮੇਰੀ ਇਹ ਜੋ ਤਪੱਸਿਆ ਹੈ ਉਸ ਵਿੱਚ ਕਹੀਂ ਕੋਈ ਕਮੀ ਰਹਗੀ ਹੋਗੀ ਜੋ ਮੈਂ ਆਪਕੋ ਆਪਕੇ ਫਾਇਦੇ ਕੀ ਬਾਤ ਸਮਝਾ ਨਹੀਂ ਪਾਇਆ। ਇਹ ਹੀ ਗੱਲ ਸੀਗੀ। ਐਦਾ ਤੇ ਸੀਗਾ ਤਾਂ ਪਰ ਮੈਂ ਸਮਝਾ ਨਹੀਂ ਪਾਇਆ। ਮੇਰੀ ਤਪੱਸਿਆ ਮੇਂ ਕੋਈ ਕਮੀ ਰਹਗੀ। ਬਾਬਾ ਜੀ ਉਸ ਸੰਿਆਸੀਆਂ ਵਾਲਾ ਉਹਨਾਂ ਨੇ ਇਸ ਤਰੀਕੇ ਨਾਲ प्रवचन ਪ੍ਰਧਾਨ ਮੰਤਰੀ ਜੀ ਦਿੱਤਾ। ਉਦੋਂ ਭਾਦਾ ਸਿਕੁੰਦਰ ਇੱਕ ਕਾਮਨ ਸੈਂਸ ਦਾ ਥੱਕੇ ਹੋਏ ਲੋਕ ਫੌਜਿਆਂ ਬੈਠਿਆਂ ਜਾਂ ਮੱਛਰ ਮੱਖੀ ਗਰਮੀ ਇਸ ਉੱਥੇ ਉਹ ਉੱਥੇ ਉਹ ਕਿਤੇ ਗਏ ਹੋਏ ਸੀਗੇ ਸੁੱਖ ਮਾਣਣ ਤੁਸੀਂ ਲੜਾਈ ਲਾ ਲਓ ਸਭਾ ਸਾਲ ਸਾਲ ਬੰਦੇ ਮੋਰਚੇ 'ਚ ਲੜਾਈ ਲੜਦੇ ਰਹਿਣ ਥੱਕਦੇ ਨਹੀਂ ਉਹ ਮਾਂ ਬਾਪ ਨੂੰ ਵੀ ਮਿਲਣਾ ਚਾਹੁੰਦੇ ਆ ਘਰਾਂ ਨੂੰ 700 ਤੋਂ ਬਾਅਦ ਬੰਦੇ ਚੀਦੋਗੇ 730 ਜਾਂ 750 ਵਾਟੇਵਰ ਤੁਸੀਂ ਹੁਣ ਉੱਥੋਂ ਵਾਪਸ ਆਉਣਾ ਚਾਹੁੰਦੇ ਸੀ ਲੀਡਰਾਂ ਦਾ ਖੇਤ ਲੱਗ ਹੋ ਸਕਦਾ ਮੈਂ ਨਹੀਂ ਉਹਦੇ ਬਾਰੇ ਕੁਝ ਕਹਿੰਦਾ ਪਰ ਪਰ ਜਿਹੜਾ ਆਮ ਸਿਪਾਈ ਉੱਥੇ ਜਿਹੜਾ ਫੌਜੀ ਜਿਹੜਾ ਬੈਠਾ ਸੀ ਕਿਸਾਨ ਆਮ ਬੈਠਾ ਸੀਗਾ ਉਹ ਚਾਹੁੰਦਾ ਸੀਗਾ ਵੀ ਆਪਾਂ ਹੁਣ ਖੁਸ਼ੀਆਂ ਦੇ ਢੋਲ ਵਜਾਈਏ ਫਿਰ ਤਿੰਨ ਹਫ਼ਤੇ ਬਿਠੇ ਰਹੇ ਲੇਟ ਹੋਇਆ ਨਾ ਤੇ ਉਹ ਮੌਕਾ ਕੌਣ ਲੈ ਗਿਆ ਚੱਕ ਕੇ ਉਹ ਕੇਜਰੀਵਾਲ ਕੇਜਰੀਵਾਲ ਜਦੋਂ ਕਿਉਂਕਿ ਲੋਕਾਂ ਨੇ ਮੌਕਾ ਦੇਣਾ ਸੀ ਇਹਨਾਂ ਨੇ ਇੱਕ ਵਾਰ ਤਾਂ ਇਹ ਆਪਣਾ ਇੱਧਰ ਉੱਧਰ ਕਰਦੇ ਰਹੇ ਆਪਣਾ ਸਾਹਮ ਸੰਭਈਆ ਆਪਣਾ ਸੋਚਿਆ ਕਿ ਜਿਵੇਂ ਲੋਕ ਤੇ ਸਾਡੇ ਪਿੱਛੇ ਹਮੇਸ਼ਾ ਰਹੇ ਹੀ ਆ ਸਵਾ ਸਾਲ ਸਾਲ ਇੰਨੇ ਕਿੱਥੇ ਜਾਣਾ ਇਹ ਤੇ ਸਾਡੇ ਹੀ ਐ ਜਦੋਂ ਜੋ ਕਵਾਂਗੇ ਉੰਜ ਹੀ ਕਰੀ ਜਾਣਗੇ ਗਲਤ ਹੈ ਬਿਲਕੁਲ ਨਹੀਂ ਤੇ ਆਸਾਨ ਵੇਖਵਾਰੀ ਮੌਕਾ ਦਿੱੰਦਾ ਉਹ ਤੁਹਾਨੂੰ ਦਿੱਤਾ ਤੁਸੀਂ ਨਹੀਂ ਸਾਂਭਿਆ ਜਾ ਕੇ ਹੁਣ ਮਾਰ ਖਾਓ ਜਿਹੋ ਜੀ ਖਾਣੀ ਆ ਕਦੀ ਸੜਕਾਂ ਤੇ ਬੈਠਨੇ ਆ ਕਦੀ ਮੀਟਿੰਗਾਂ ਕਰਦੇ ਆ ਫਿਰ ਤੁਸੀਂ ਘਰਾਓ ਕਰਦੇ ਆ ਕਦੀ ਕੁਝ ਕਰਦੇ ਆ ਇਹ ਗੱਲਾਂ ਹੋਈਆਂ ਹੁਣ ਜੋ ਅਸਲੀਅਤ ਹੈ ਅੱਜ ਦੇ ਤਰੀਕ ਦੇ ਵਿੱਚ ਤੁਸੀਂ ਵੀ ਆ ਮੈਨੂੰ ਖਬਰਾਂ ਚੋਂ ਪੜ੍ਹ ਕੇ ਦੱਸਿਆ ਕੁਝ ਕਿ ਕੀ ਚੱਲ ਰਿਹਾ एस एक म्यूचुअल अंडरस्टैंडिंग है वो कोई प्लेटफार्म फॉर्मली इस किस्म का प्लेटफार्म फॉर्मल प्लेटफार्म नहीं है ना कोई हो सकता यूपीए की है ਯੂਪੀਏ ਦਾ ਤੁਸੀਂ ਕੋਈ ਸੰਵਿਧਾਨ ਬਣਾ ਸਕਦੇ ਆ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਸਕਦੇ ਆ ਭਈ ਕਈ ਉਹਦੇ ਚ ਡੱਡੂਆਂ ਵਾਂਗੂ ਛਾਲ ਮਾਰ ਕੇ ਦੂਜੇ ਤਰਾਜੂ ਚ ਜਾਣਗੇ ਦੂਜੇ ਘਰ ਚ ਵੀ ਜਾ ਵੜ ਸਕਦੇ ਆ ਉਹ ਬਿਲਕੁਲ ਆਪਣਾ ਅਲੱਗ ਵੀ ਹੋ ਸਕਦੇ ਆ ਆਜ਼ਾਦ ਵੀ ਹੋ ਸਕਦੇ ਆ ਵੋਟ ਕਾਟੂ ਵੀ ਬਣ ਸਕਦੇ ਤੁਹਾਨੂੰ ਪਤਾ ਹੀ ਹੈ ਰੋਜ਼ ਤੁਹਾਡੇ ਸਾਹਮਣੇ ਪੋਲਿਟੀਕਲ ਪਾਰਟੀਆਂ ਦਾ ਕੀ ਹੈ ਸਰਿਆ ਕੀ ਕਰਤੂਤਾ ਹੈਗੀਆਂ ਵੱਡੀ ਤੋਂ ਵੱਡੀ ਪੋਲਿਟੀਕਲ ਪਾਰਟੀ ਵੀ ਵੋਟ ਕਾਟੂ ਦੇ ਵੀ ਵੱਡੀ ਪਾਰਟੀ ਦੇ ਜਾ ਕੇ ਗਾਂ ਪਿਆਦੇ ਬਣ ਜਾਂਦੀ ਆ ਦੇ ਦਿਓ ਸਾਨੂੰ ਥੋੜਾ ਜਿਹਾ ਸਾਡਾ ਮਾਲ ਤੇ ਆਪਾਂ ਤੁਹਾਡਾ ਕੰਮ ਐਡਕੀ ਕਰ ਦਿੰਨੇ ਆ ਦੱਸੋ ਕੀ ਕਰਨਾ ਇਹ ਮਰਸ਼ ਜਿਹਨੂੰ ਮਰਸ਼ਨਰੀਜ਼ ਦਾ ਕੰਮ ਵੀ ਕਰ ਦਿੰਦੇ ਇਸ ਤਰ੍ਹਾਂ ਉਹਨੂੰ ਤੁਸੀਂ ਉਹ ਆਪਣੀ ਮਰਜ਼ੀ ਨਾਲ ਆਇਆ ਜੇ ਚ ਵੱਡਾ ਵੀ ਛੋਟਾ ਵੀ ਠੀਕ ਹੈ ਨਾ ਐਨਡੀਏ ਵੀ ਆਪਣੀ ਮਰਜ਼ੀ ਨਾਲ ਆਇਆ ਬੈਸਕੀਐਮ ਵੀ ਇੱਕ ਮਰਜ਼ੀ ਨਾਲ ਬਣਿਆ ਹੋਇਆ ਪਲੇਟਫਾਰਮ ਸਾਰਿਆਂ ਦੀ ਸਹਿਮਤੀ ਨਾਲ ਬਣਿਆ ਉਹਨਾਂ ਦੇ ਸਾਰਿਆਂ ਦੇ ਹਿੱਤ ਉਹਦੇ ਵਿੱਚ ਸਰਬ ਹੁੰਦੇ ਆ ਉਹ ਇਸ ਕਰਕੇ ਬਣਿਆ ਹੁਣ ਉਹ ਜਿਹੜਾ ਐਸਕੇਮ ਬਣਿਆ ਉਸ ਏਕੇ ਦਾ ਉਸ ਮਹਾਜ ਦਾ ਸਵਾਦ ਤੇ ਉਹਦੇ ਫਾਇਦੇ ਤੇ ਉਹਦਾ ਜਿਹੜਾ ਸੱਤਾ ਦਾ ਆਨੰਦ ਤੇ ਦਾਦਾਗिरी ਜਿਹੜੀ ਲੀਡਰਾਂ ਦੀ ਸੀਗੀ ਇੱਕ ਵੀ ਲੀਡਰ ਕਿਤੇ ਐਂ ਉਂਗਲੀ ਕਰਦੇ ਤੇ ਤੁਹਾਨੂੰ ਪਤਾ ਉਹ ਬਾਬਾ ਖੁੰਡੇ ਵਾਲਾ ਕੀ ਨਾਮ ਮਾਨਸਾ ਬਾਬਾਪੁਰ ਰੁਲਦੂ ਸਿੰਘ ਮਾਨਸਾ ਹਾਂ ਰੁਲਦੂ ਰੁਲਦੂ ਸਿੰਘ ਮਾਨਸਾ ਹੁਣੇ ਗੁੱਸੇ 'ਚ ਹੋਮ ਮਿਨਿਸਟਰ ਦੇ ਸਾਹਮਣੇ ਓਏ ਮਿੰਨੀ ਮੇਰੀ ਗੱਡੀ ਨੂੰ ਸਹੀ ਤਰੀਕੇ ਨਾਲ ਉੱਥੇ ਮੀਟਿੰਗ 'ਚ ਲੈ ਕੇ ਨਹੀਂ ਗਏ ਮੈਂ ਚੱਲਿਆ ਤੇ 2-3 ਘੰਟੇ ਹੋਮ ਮਿਨਿਸਟਰ 2 ਘੰਟੇ ਵੇਟ ਕਰਦਾ ਰਿਹਾ ਵੀ ਬਾਬੇ ਨੂੰ ਲੱਭ ਕੇ ਲਿਆਓ ਪਲੀਜ਼ ਦੁਬਾਰਾ ਵਾਪਸ ਲੈ ਕੇ ਆਈ ਇਹ ਚੜਤ ਦੀਆਂ ਇਹ ਸਮਝ ਨਹੀਂ ਸਕੇ ਇਹ ਗੱਲਾਂ ਇਨ੍ਹਾਂ ਨੂੰ ਕੀ ਲੱਗਦਾ ਸੀ ਕਿ ਸ਼ਾਇਦ ਇਨ੍ਹਾਂ ਦੇ ਅੰਦਰ ਹੀ ਕੋਈ ਏਡਾ ਵੱਡਾ ਕਰਿਸ਼ਮਾ ਰੱਬ ਨੇ ਪੈਦਾ ਕਰਤਾ ਕਿ ਇਹ ਐਡੇ ਵੱਡੇ ਹੁਣ ਲੀਡਰ ਹੋ ਗਏ ਆ ਕਿ ਬਸ ਹੁਣ ਤੇ ਇਹ ਦੁਨੀ ਇਹ ਜਾਨੀ ਬੀਜੇਪੀ ਨੂੰ ਵੀ ਠਾ ਸਕਦੇ ਤੇ ਅਮਿਤ ਸ਼ਾਹ ਨੂੰ ਵੀ ਚਿਤ ਕਰ ਸਕਦੇ ਆ ਮੋਦੀ ਨੂੰ ਤਾਂ ਕਰ ਹੀ ਦਿੱਤਾ ਇਸ ਕਰਕੇ ਇਹਨਾਂ ਨੂੰ ਇਹ ਜਿਹੜਾ ਕਮਾਂਡ ਕਹਿ ਲੋ ਜਾਂ ਇੱਕ ਵਿਸ਼ਵਾਸ ਹੋ ਗਿਆ ਆਪਸ ਵਿੱਚ ਉਹ ਇਸ ਕਿਸਮ ਦਾ ਹੋ ਗਿਆ ਅਸਲੀਅਤ ਕੀ ਸੀਗੀ ਅਸਲੀਅਤ ਇਹ ਸੀ ਕਿ ਉਹੋ ਹੀ ਪਹਿਲਾ ਸੀ ਉਹੋ ਹੀ ਉਸ ਮੂਵਮੈਂਟ ਦੇ ਦੌਰਾਨ ਸੀ ਉਹੋ ਹੀ ਅੱਜ ਹੈਗੇ ਇਹ ਨਹੀਂ ਬੁਣ ਕੇ ਬਦਲੇ ਹੈਗੇ ਲੋਕ ਕਾ ਨੇ ਇਨਾ ਵੱਡਾ ਪਿਛੋਂ ਨੇਰੀ ਚਲਾਤੀ ਕਿ ਯਾਰ ਸਾਡੇ ਕਿਸਾਨ ਆ ਅੰਦਟਿਆ ਬੱਚੇ ਮਰਨਗੇ ਭੁੱਖੇ ਮਰਨਗੇ ਇਨ੍ਹਾਂ ਦੇ ਬੱਚੇ ਰੋਲ ਜਾਣਗੇ ਪੰਜਾਬ ਰੋਲ ਜੂਗਾ ਪੰਜਾਬ ਤੇ ਹਮਲਾ ਸਾਰੇ ਪਿੰਡੂ ਪੰਜਾਬ ਦੇ ਕਿਸਾਨੀ ਤੇ ਹਮਲਾ ਆਪਾਂ ਇਹਦਾ ਮੁਕਾਬਲਾ ਕਰਨਾ ਲੋਕਾਂ ਨੇ ਜੋ ਅਸੀਂ ਇਤਿਹਾਸ ਨੂੰ ਲਗਾਤਾਰ ਢਾਡੀਆਂ ਰਾਈ ਗੁਰਦੁਆਰਿਆਂ ਚ ਸਭਿਆਚਾਰਾਂ ਚ ਮੇਲਿਆਂ ਚ ਪੜਾਉਂਦੇ ਰਹੇ ਉਦਾਤਾਂ ਨੂੰ ਇਜ਼ਹਾਰ ਇਸ ਮੂਵਮੈਂਟ ਚ ਦਿਖਿਆ ਐਨ ਸਾਹਮਣੇ ਦਿਖਿਆ ਕਿ ਨਹੀਂ ਦਿਖਿਆ ਮੰਨਦੇ ਆ ਤੁਸੀਂ ਇਹ ਗੱਲ ਹਰ ਚੀਜ਼ ਦਾ ਲੰਗਰ ਹਰ ਕਿਸਮ ਦਾ ਉਥੇ ਰਿਹਾ ਕੋਈ ਸ਼ਕਤੀ ਬਾ ਨਹੀਂ ਲੱਗਣ ਦਿੱਤੀ ਲੋਕਾਂ ਨੇ ਕਲਾਵੇ ਚ ਲੈ ਕੇ ਰੱਖਿਆ ਹੁਣ ਜਦੋਂ ਆਪਣਾ ਬੇੜਾ ਨੰਗ ਗਏ ਤੇ ਜ਼ਿੰਮੇਵਾਰੀ ਦਿਖਾਉਣ ਲਈ ਤੇ ਮਚਿਉਰਿਟੀ ਦਿਖਾਉਣ ਦਾ ਵੇਲਾ ਆ ਹੁਣ ਦੇਤਰੇ ਦੀ ਡਾਂਗ ਸੋਟਾ ਉਧਰ ਕੋਚ ਅਗਰਾਹ ਹਾ ਹੁਣਾ ਨੇ ਕੱਢ ਤੇ ਪਹਿਲਾਂ ਤੇਰ ਕੋਚ ਅੱਜ ਆ ਤੇ ਸਿੱਧਾ ਹੀ ਬਟੀਕਲੀ ਸਪਲਿਟ ਸਮਝ ਲਓ ਤੁਸੀਂ ਜਿਹੜੀ ਪ੍ਰਧਾਨ ਤੇ ਸੈਕਟਰੀ ਬੀਕੇਯੂ ਡਕਾਉਂਦਾ ਤੇ ਲੱਗ ਰਹੀ ਆ ਜਗਮੋਹ ਉਹਨਾਂ ਦੇ ਉਹਨਾਂ ਦੇ ਸੈਕਟਰੀ ਆ ਤੇ ਇਸੇ ਤਰੀਕੇ ਨਾਲ ਜਿਹੜੇ ਉਹਨਾਂ ਦੇ ਸੀਨੀਅਰ ਪ੍ਰਧਾਨ ਮੀਤ ਪ੍ਰਧਾਨ ਜਿਹੜੇ ਸੀਨੀਅਰ ਸੀਗੇ ਮਨਜੀਤ ਸਿੰਘ ਤਨੇਰ ਨੋਨ ਲੀਡਰ ਹੈਗੇ ਆ ਉਹਨਾਂ ਨੇ ਪੈਰਲਲ ਆਪਣੇ ਫੰਕਸ਼ਨਿੰਗ ਸ਼ੁਰੂ ਕਰ ਦਿੱਤੀ ਹੈ ਜਿਹੜੀਆਂ ਪਾਰਟੀਆਂ ਦੇ ਨਾਲ ਪ੍ਰਾਣੀਆਂ ਯੂਨੀਅਨਾਂ ਕਿਸਾਨ ਸਭਾਵਾਂ ਹੈ ਜੀਆਂ ਜਿਵੇਂ CPI, CPM, ਮੰਗਤ੍ਰਾਮ ਪਾਸਲੇ ਦੀ ਪਾਰਟੀ ਇਹ ਸਾਰੀਆਂ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ ਦੀਆਂ ਯੂਨੀਅਨਾਂ ਲਿਬ੍ਰੇਸ਼ਨ ਵਾਲੀਆਂ ਉਹ ਉੱਥੇ-ਉੱਥੇ ਟਿਕੀਆਂ ਹੋਈਆਂ ਉਹਨਾਂ ਦਾ ਪੁਰਾਣਾ ਇੱਕ ਸੈੱਟ ਸੰਚਾ ਹੈਗਾ ਉਹ ਉਹਦੇ ਮੁਤਾਬਕ ਚੱਲਦੇ ਆ ਪਰ ਬਾਕੀ ਵਿਚ ਇਸ ਕਿਸਮ ਦਾ ਹਾਲਾਂਕਿ ਇਹ ਵੀ ਲੈਫਟ ਆ ਉਹ ਗਰਾਹਾਂ ਵੀ ਲੈਫਟ ਆ ਹੋਰ ਵੀ ਸਾਰੇ ਆਪੋ ਆਪਣੀ ਕਿਸੇ ਨਾ ਕਿਸੇ ਲੈਫਟ ਕੋਈ ਛੇੜਨਾ ਕੋਈ ਨਾ ਕੋਈ ਛੇੜ ਕਿਸੇ ਕਿਸਮ ਦੀ ਲੈ ਕੇ ਚੱਲ ਰਿਹਾ ਹੈ ਓਵਰ ਆਲ ਜਿਹੜਾ ਇੱਥੇ ਹੁਣ ਨਿਕਲਿਆ ਇਹਦੇ ਵਿੱਚੋਂ ਜੋ ਸਾਨੂੰ ਦੇਖਣ ਨੂੰ ਮਿਲ ਰਿਹਾ ਉਹ ਇਹ ਆ ਕਿ ਇਹ ਥੱਲੇ ਨੂੰ ਜਾਣ ਵਾਲਾ ਫੇਜ਼ ਤੋਂ ਗੁਜ਼ਰ ਰਿਹਾ ਹੈ ਸੰਕਟ ਤੋਂ ਗੁਜ਼ਰ ਰਿਹਾ ਉਹ ਐਸਕੇਐਮ ਦਾ ਐਡਾ ਵੱਡਾ ਜਲ ਜਲਾਓ ਬੋਲ ਵਾਲਾ ਜਿੱਥੇ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਹਨਾਂ ਦੇ ਸਾਹਮਣੇ ਪੇਸ਼ ਹੁੰਦੇ ਸੀਗੇ ਓਏ ਅਜੇ ਨਹੀਂ ਤੁਸੀਂ ਕੈਂਪੇਨ ਸ਼ੁਰੂ ਕਰਨੇ ਅਜੇ ਮੋਰਚਾ ਨਹੀਂ ਖਤਮ ਹੋਇਆ ਅਜੇ ਅਸੀਂ ਉੱਥੇ ਬੈਠੇ ਆ ਤੁਸੀਂ ਕੈਂਪੇਨ ਕਿਵੇਂ ਸ਼ੁਰੂ ਕਰ ਰਹੇ ਹੋ ਅੱਛਾ ਜੀ ਪੋਲੀਟੀਕਲ ਪਾਰਟੀਆਂ ਕਿਆ ਆਨੰਦ ਆਇਆ ਕਿਆ ਸੀਨ ਹੋਣਗੇ ਉਹ ਤੁਸੀਂ ਸੋਚ ਕੇ ਦੇਖੋ ਮੈਂ ਸੱਚੀ ਗੱਲ ਦੱਸ ਸਕਿਆ ਜਿਹੜਾ ਮੈਨੂੰ ਸਮਝ ਪੈਂਦੀ ਹੈ ਸਖਵਿੰਦਰ ਅਜੇ ਵੀ ਸੱਤਾ ਵਾਪਸ ਪੋਲੀਟੀਕਲ ਪਾਰਟੀਆਂ ਕੋਲ ਨਹੀਂ ਗਈ ਤੇ ਨਾ ਉਹ ਪੂਰਨ ਤੌਰ ਤੇ ਸੱਤਾ ਇਨਾ ਕਿਸਾਨ ਲੀਡਰਾਂ ਤੇ ਕੱਲੀ ਕੱਲੀ ਯੂਨੀਅਨ ਕੋਲ ਹੈਗੀ ਆ ਉਹ ਸੱਤਾ ਲੋਕਾਂ ਕੋਲ ਹੈਗੀ ਆ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਵੀ ਸੱਤਾ ਦਿੱਤੀ ਸੀ ਕਿਸਾਨਾਂ ਨੂੰ ਵੀ ਉਹੋ ਹੀ ਲੋਕ ਜਿਹੜੇ ਪੰਜਾਬ ਦੇ ਸੱਤਾ ਪੋਲੀਟੀਕਲ ਪਾਰਟੀਆਂ ਨੂੰ ਵੀ ਦਿੰਦੇ ਰਹੇ ਆ ਹੁਣ ਉਹ ਅਜੇ ਆਪਣੇ ਕੋਲ ਸਾਹਮਣੇ ਬੈਠੇ ਲੋਕ ਦੇਖ ਰਹੇ ਆ ਪੋਲੀਟੀਕਲ ਪਾਰਟੀਆਂ ਨੂੰ ਨਾਪ ਤੋਲ ਦੇ ਰਹੇ ਉਹਨਾਂ ਦੀ ਚਾਲ ਨੂੰ ਦੇਖ ਰਹੇ ਉਹਨਾਂ ਦੇ ਵਾਅਦਿਆਂ ਨੂੰ ਦੇਖ ਰਹੇ ਉਹਨਾਂ ਦੀਆਂ ਅ ਲਚਾਰੀਆਂ ਤੇ ਦੁਸ਼ਵਾਰੀਆਂ ਤੇ ਜਿਹੜੀਆਂ ਲੋਕਾਂ ਦੇ ਨਾਲ ਵਾਅਦਾ ਖਲਾਫੀਆਂ ਨੂੰ ਸਾਰਾ ਕੁਝ ਦੇਖ ਰਹੇ ਆ ਤੇ ਇਹਨਾਂ ਨੂੰ ਵੀ ਦੇਖ ਰਹੇ ਆ ਇਹ ਜਿਹੜੀ ਹੁਣ ਹੁਣ ਇਹਨਾਂ ਨੇ ਸਿਤਰੋ ਸਿਤਰੀ ਸਿਤਰੀ ਦਾਲ ਵੰਡਣੀ ਕਹਿੰਦੇ ਆ ਪਤਾ ਨਹੀਂ ਉਹ ਕੀ ਹੁੰਦੀ ਆ ਪਿੰਡ ਚ ਤੇ ਸਾਡੇ ਤੇ ਆਹਾਈ ਦਾ ਹੀ ਕਹਿੰਦੇ ਸੀ ਜਦੋਂ ਇਹੋ ਜੀ ਲੜਾਈ ਹੋਵੇ ਜਿਹੜੀ ਅਨੈਥੀਕਲ ਜੀ ਲੜਾਈ ਲੱਗੇ ਜਿਹੜੀ ਬੜੀ ਮਾੜੀ ਲੱਗੇ ਕਿ ਇਹਨੂੰ ਕਹਿਣਾ ਲਓ ਜੀ ਉਹਨਾਂ ਤੇ ਸਿਤਰੀ ਦਾਲ ਵੰਡੀ ਹੁਣ ਇਹ ਕੰਮ ਚੱਲ ਪਿਆ ਇਹ ਬੰਦ ਹੋਣਾ ਚਾਹੀਦਾ ਲੋਕੀ ਇਹਦੇ ਨਾਲ ਨਰਾਸ਼ ਹੁੰਦੇ ਆ ਪੰਜਾਬ ਨੂੰ ਇਹ ਨਹੀਂ ਇਸ ਤਰ੍ਹਾਂ ਦਾ ਚਾਹੀਦਾ ਇਹ ਗੱਲ ਵੀ ਸੱਚ ਆ ਕਿ ਜਦੋਂ ਐਡੀ ਵੱਡੀ ਮੂਵਮੈਂਟ ਹੁੰਦੀ ਹੈ ਹੁਣ ਬਹੁਤ ਵੱਡੇ ਮੰਦਰ ਆ ਕਿੰਨੇ ਕਿੰਨੇ ਕੁਇੰਟਲ ਉਹਨਾਂ ਚ ਸੋਨਾ ਕਿਤੇ ਕੋਈ ਹਰ ਗੱਲ ਦਾ ਪੂਰਾ ਹਿਸਾਬ ਥੋੜੀ ਰੱਖ ਸਕਦੇ ਆ ਤੁਸੀਂ ਕੈਸ਼ ਹੁੰਦਾ ਧਾਰਮਿਕ ਸਥਾਨਾਂ ਤੇ ਲਾ ਲਓ ਟਰਸਟਾਂ ਦੇ ਵਿੱਚ ਵੀ ਲਾ ਲਓ ਕਿਤੇ ਵੀ ਲਾ ਲਓ ਜਿੱਥੇ ਰੈਗੂਲਰ ਵੱਡੇ ਪੱਦਰ ਤੇ ਸ਼ਰਧਾਲੂ ਚੜਾਵੇ ਚੜਾਉਂਦੇ ਆ ਕੋਈ ਬਹੁਤ ਹੀ ਚੰਗੀ ਕਮੇਟੀ ਹੋਊਗੀ ਜਾਂ ਚੰਗਾ ਟਰਸਟ ਹੋਊਗਾ ਬਹੁਤ ਹੀ ਇਮਾਨਦਾਰ ਜਿਹਦਾ ਕਿ ਮੈਨੂੰ ਬੜਾ ਘੱਟ ਉਮੀਦ ਲੱਗਦੀ ਕਿ ਉਹ ਕੋਡੀ ਕੋਡੀ ਦਾ ਸਾਥ ਲੱਖਣਗੇ ਨਹੀਂ ਤੇ ਤੁਸੀਂ ਆਪਣੇ ਐਨ ਜਿਹੜੇ ਉੱਥੇ ਐਨਆਰਆਈ ਭਾਈਆਂ ਦੇ ਗੁਰਦੁਆਰੇ ਉੱਥੇ ਦੇਖ ਲਓ ਕੀ ਲੜਾਈਆਂ ਹੁੰਦੀਆਂ ਕੈਨੇਡਾ 'ਚ ਦੇਖ ਲਓ ਅਮਰੀਕਾ 'ਚ ਦੇਖ ਲਓ ਯੂਕੇ 'ਚ ਦੇਖ ਲਓ ਕਈਆਂ ਨੇ ਤੇ ਜਦੋਂ ਕੋਈ ਕੰਮ ਨਾ ਮਿਲੇ ਕਹਿੰਦੇ ਗੁਰਦੁਆਰਾ ਹੀ ਬਣਾ ਲਓ ਇਸ ਕਿਸਮ ਦਾ ਵੀ ਹੈਗਾ ਸਾਧਨ ਵੀ ਹੈ ਉਪਜੀਵਕਾ ਦਾ ਜਿੱਥੇ ਰੱਬ ਦਾ ਪ੍ਰਚਾਰ ਵੀ ਹੈ ਇਸ ਕਿਸਮ ਦਾ ਵੀ ਚੱਲਦਾ ਤਾਂ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਇੰਨੇ ਵੱਡੇ ਪੱਦਰ ਤੇ ਲੋਕਾਂ ਨੇ ਬਦਾਮ ਸੌਈਆਂ ਕਿਸਮ ਦੇ ਕੱਪੜੇ ਸਮਾਨ ਤੇ ਪੈਸੇ ਖਾਸ ਕਰਕੇ ਕੈਸ਼ ਉੱਥੇ ਲਾਈਨ ਲੱਗੀ ਹੁੰਦੀ ਸੀ ਕਿ ਮੈਨੂੰ ਮਾੜੀ ਜੀ ਫੋਟੋ ਖਿਚਾ ਦਿਓ ਆ ਲਓ 50000 ਆ ਲਓ 5 ਲੱਖ ਆ ਲਓ 10 ਲੱਖ ਇਸ ਕਿਸਮ ਦਾ ਲਾਈਨ ਲੱਗੀ ਹੁੰਦੀ ਸੀਗੀ ਪੈਸੇ ਦੇਣ ਵਾਲਿਆਂ ਦੀ ਤੇ ਉਹ ਅਨਾਉਂਸ ਹੁੰਦੇ ਸੀ ਬਕਾਇਦਾ ਪਰ ਇੰਨੇ ਵੱਡੇ ਅਕਾਊਂਟ ਦਾ ਅਮਾਉਂਟ ਦਾ ਇਹਨਾਂ ਕੋਲ ਕਿਹੜੇ ਕੋਈ ਸੀਏ ਸੀਗੇ ਆਪਸ ਵਿੱਚ ਜਿੰਨੀ ਕਿ ਕਿਸਾਨਾਂ ਨੂੰ ਸੀਗੀ ਉਹਨੂੰ ਸਾਮ ਸੰਭਾਇਆ ਕੀਤਾ ਮੇਰਾ ਖਿਆਲ ਮੇਰਾ ਨਿੱਜੀ ਖਿਆਲ ਹੈ ਜੇ ਹੁਣ ਇਹ ਦੁਬਾਰਾ ਗੜੇ ਮੁਰਦੇ ਫੋਲਣ ਲੱਗ ਜਾਣਗੇ ਤੇ ਕੱਲੇ ਕੱਲੇ ਕੋਡੀ ਕੋਡੀ ਦਾ ਹਿਸਾਬ ਜੋ ਕਿ ਇਹਨਾਂ ਨੂੰ ਆਦਤ ਤੇ ਹੰਦਰ ਹੁੰਦੀ ਹੈ ਇਹੋ ਜਿਹਾ ਡੰਗ ਇੰਨਾ ਸਾਰਿਆਂ 'ਚ ਹੁੰਦਾ ਮੈਂ ਨੇੜੇ ਨੂੰ ਜਾਣਦਾ ਉਹ ਡੰਗ ਮਾਰਦੇ ਐਉਂ ਕਰਕੇ ਜਿਤਨਾ ਸੱਪ ਮਾਰਦੇ ਇਸ ਸਮਾਰਦਾ ਨਾ ਉਹ ਆਦਤ ਹੁੰਦੀ ਹੈ ਖਾ ਗਿਆ ਖਾ ਗਿਆ ਲੈ ਗਿਆ ਲੈ ਗਿਆ ਭਾਈ ਜਦੋਂ ਲੈ ਜਾਂਦਾ ਸੀਗਾ ਜਦੋਂ ਖਾ ਰਿਹਾ ਸੀ ਉਦੋਂ ਗਲਿਓਂ ਫੜਦੇ ਉਹ ਬਾਹਰ ਕੱਢ ਦਿੰਦੇ ਉਹਦਾ ਜਿਹੜਾ ਮੂੰਹ 'ਚ ਪਾਇਆ ਸੀ ਉਦੋਂ ਤੇ ਕੀਤਾ ਕੁਝ ਨਹੀਂ ਸਾਰੀ ਗੱਲ ਨੂੰ ਸਾਲ ਸਭਾ ਤੇ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਵੀ ਸਾਲ ਹੋਣ ਵਾਲਾ ਹੁਣ ਤੁਸੀਂ ਆ ਕੇ ਤੇ ਸ਼ੁਰੂ ਕੀਤਾ ਹਤਲਾਨਾ ਖਾ ਗਿਆ ਟਮ ਖਾ ਗਿਆ ਤੇ ਹজম ਕਰ ਗਿਆ ਉਹਨੇ ਰਾਮਦੇਵਾਲਾ ਚੂਰਨ ਵੀ ਨਾਲ ਖਾ ਲਿਆ ਪੈਸਾ ਜਿਆਦਾ ਢਕਾਰ ਲਿਆ ਜਾਂ ਕੋਈ ਮਾਲ ਜਿਆਦਾ ਖਾ ਲਿਆ ਤੇ ਚੂਰਨ ਖਾ ਕੇ ਹজম ਵੀ ਕਰ ਲਿਆ ਹੁਣ ਤੁਸੀਂ ਕੀ ਲੱਭਦੇ ਆ ਤੇ ਇਸ ਲਈ ਇਹ ਜਦੋਂ ਪਬਲਿਕ ਦੇ ਵਿੱਚ ਦੇਖੋ ਪਬਲਿਕ ਦਾ ਪ੍ਰੋਸਾ ਪਬਲਿਕ ਦਾ ਵਿਸ਼ਵਾਸ ਪਬਲਿਕ ਦਾ ਇਸ ਕਿਸਮ ਦੀ ਕੁਰਬਾਨੀ ਉਹ ਨਹੀਂ ਛਟਿਆਓ ਨਾ ਜਦੋਂ ਤੁਸੀਂ ਆਪਸ ਵਿੱਚ ਗੁੱਥਮ ਗੁੱਥਾ ਹੁੰਨੇ ਆ ਜਾਨੀ ਗੁੱਥਮ ਗੁੱਥੇ ਦਾ ਮਤਲਬ ਫਿਜ਼ੀਕਲ ਲੜਾਈ ਨਹੀਂ ਐ ਰੋਜ਼ ਹਾਹੇ ਚਿਤਰੀ ਦਾਲ ਵੰਡਣ ਵਾਲੀ ਗੱਲ ਕਰਦੇ ਆ ਉਹ ਲੋਕ ਨਿਰਾਸ਼ ਹੁੰਦੇ ਆ ਡਿਸਕਰੇਜ ਹੁੰਦੇ ਆ 10 ਵਾਰੀ ਸੋਚਣਗੇ ਕਿ ਇਹ ਉਹੀ ਲੀਡਰ ਆ ਜਿਨ੍ਹਾਂ ਨੂੰ ਅਸੀਂ ਇੱਕ ਬੜੇ ਹੀ ਪਵਿੱਤਰ ਸੁੱਚੇ ਸੱਚੇ ਇਮਾਨਦਾਰ ਤੇ ਉਸ ਕਿਸਮ ਦੇ ਆਪਣੇ ਆਈਕਨ ਸਮਝ ਕੇ ਚੱਲਦੇ ਸੀ ਹਰ ਜਗ੍ਹਾ ਤੇ ਜਾਨੀ ਉਹਨਾਂ ਨੂੰ ਗਾਲਤ ਸਿਰੋਪਾ ਪਾ ਕੇ ਸਨਮਾਨ ਕਰਦੇ ਸੀ ਮਿੰਤਾ ਕਰਦੇ ਸੀ ਲੱਭਦੇ ਸੀ ਕਿ ਸਾਡੀ ਸਭਾ ਚਾਕੇ 5 ਮਿੰਟ ਸਾਨੂੰ ਦੇਜੋ ਉਹਨਾਂ ਕੋ ਟਾਈਮ ਹੁੰਦਾ ਤੇ ਆਉਂਦੇ ਸੀ ਨਹੀਂ ਤੇ ਨਹੀਂ ਆਉਂਦੇ ਸੀ ਕਿੰਨਾ ਸਤਕਾਰ ਸੀ ਉਸ ਸਤਕਾਰ ਨੂੰ ਹੁਣ ਸਾਹਮਣੇ ਰੱਖੋ ਅਗਲੀ ਗੱਲ ਕਹਿ ਕੇ ਮੈਂ ਗੱਲ ਖਤਮ ਕਰਦਾ ਗੱਲ ਲੰਮੀ ਹੋਗੀ ਕਿਉਂਕਿ ਗੱਲ ਹੈ ਹੀ ਇਹੋ ਜੀ ਇਹ ਆਉਣ ਵਾਲੇ ਸਮੇਂ ਤੇ ਇੰਜ ਹੀ ਚੱਲਦੀ ਰਹਿਣੀ ਕੈਸ ਕੈਸ ਹੋਰ ਉਹ ਚੱਲੂਗੀ ਹੁਣ ਜਿਹੜਾ SKM ਦਾ ਤੁਸੀਂ ਮੈਨੂੰ ਪੜ੍ਹ ਕੇ ਸੁਣਾਇਆ ਕਿ ਫੈਸਲਾ ਇਹ ਹੋਇਆ ਕਿ 20 ਤਰੀਕ ਨੂੰ ਜਿਹੜੀਆਂ ਬਾਕੀ ਮੰਗਾਂ ਆ ਉਹਦੇ ਤੇ ਅਸੀਂ ਅੱਗੇ ਵਧਣਾ 20 ਮਾਰਚ ਨੂੰ 20 ਮਾਰਚ ਨੂੰ ਸੌਰੀ ਮੈਨੂੰ ਨਹੀਂ ਸੀ ਪਤਾ 20 ਮਾਰਚ ਨੂੰ ਹੁਣ ਤੁਸੀਂ ਕੀ ਸੋਚ ਸਕਦੇ ਆ ਕਿ ਜਿਸ ਤਰੀਕੇ ਨਾਲ ਜਿਸ ਜੋਸ਼ ਦੇ ਨਾਲ ਉਦੋਂ ਐਨ ਟਰਾਲੀਆਂ ਤੇ ਟਰਾਲੀਆਂ ਹਜ਼ਾਰਾਂ ਟਰਾਲੀਆਂ ਉੱਥੇ ਐਨ ਲਾਈਨ ਬਣ ਕੇ ਗਈਆਂ ਸੀਗੀਆਂ ਔਰ ਕੋਈ ਦੁਨੀਆ ਦੀ ਸ਼ਕਤੀ ਉਹਨਾਂ ਨੂੰ ਰੋਕ ਨਹੀਂ ਸੀ ਸਕਦੀ ਆਪਣੀ ਮਰਜ਼ੀ ਨਾਲ ਜਿੱਥੇ ਬ੍ਰੇਕ ਲਾਏ ਲਾਏ ਉਹਨਾਂ ਨੇ ਜੇ ਕੋਈ ਰੋਕਣਾ ਚਾਹੁੰਦਾ ਤੇ ਉਹ ਦਿੱਲੀ ਪਹੁੰਚਣ ਤੋਂ ਨਹੀਂ ਸੀ ਰੋਕ ਸਕਦੇ ਉਹਨਾਂ ਮੈਂ ਤਾਂ ਇਹ ਗੱਲ ਦਾ ਜਿੰਨੀ ਉਹ ਸ਼ਕਤੀ ਜਿੰਨੇ ਵਿਚਾਰ ਜਿੰਨੇ ਜੋਚ ਵਿੱਚ ਕਿਸਾਨ ਨਿਕਲੇ ਸੀ ਉਹ ਕਿਸੇ ਲੀਡਰ ਦਾ ਵੀ ਬਤ ਨਹੀਂ ਸੀ ਕਿਸਾਨ ਦਾ ਕਿ ਉਹਨਾਂ ਨੂੰ ਰੋਕ ਪਾਏ ਇਹ ਇਹ ਇੱਕ ਅਲੱਗ ਕਿਸਮ ਦਾ ਨਜ਼ਾਰਾ ਸੀਗਾ ਹੋਣ ਜੀ ਹੁਣ ਕੀ ਉਹ ਜਦ ਦੁਬਾਰਾ ਵਿਸ਼ਵਾਸ ਜਲ ਜਲਾਓ ਦੁਬਾਰਾ ਜੋਸ਼ ਦੁਬਾਰਾ ਹਿੰਮਤ ਦੁਬਾਰਾ ਤਨਜ਼ੀਮ ਦੁਬਾਰਾ ਸਾਧਨ ਆਦਮੀ ਤੇ ਜਟਾਉਣੇ ਪੈਂਦੇ ਆ ਕੀ ਉਹ ਕਰ ਪਾਉਣਗੇ ਪਹਿਲਾਂ ਆਪਣੇ ਖੰਭ ਤੋੜ ਲੈਣ ਇੱਕ ਗੱਲ ਬੜੀ ਸਾਫ਼ ਆ ਕਿ ਉਦੋਂ ਦੇ ਹਾਲਾਤ ਨਾਲੋਂ ਅੱਜ ਦੇ ਹਾਲਾਤ ਫਰਕ ਹੈਗੇ ਆ ਔਰ ਇਹ ਵੀ ਨਾਲ ਸੋਚ ਲੈਣ ਕਿ ਸਰਕਾਰ ਜਦੋਂ ਉੱਥੇ ਚੁੱਕੀ ਹੈ ਉਹ ਗੱਲ ਲੱਗਿਆ ਕਿ ਅਡਾਨੀ ਨੇ ਬਥੇਰਾ ਮੋਦੀ ਹੁਣਾਂ ਨੂੰ ਇੱਕ ਇਸ ਵੇਲੇ ਇੱਕ ਹੋਰ ਆਪਣੀ ਅਲੱਗ ਕਿਸਮ ਦੀ ਮੁਸੀਬਤਾਂ ਨੂੰੇ ਚਤਾਰਿਆ ਪਿਆ ਵੀ ਥੋਂ ਨਿਕਲੋ ਕਿਵੇਂ ਨਿਕਲਦੇ ਬਹੁਤ ਵੱਡਾ ਸੰਕਟ ਹੈ ਉਹ ਆਪਣੇ ਆਪ ਤੇ ਜੇ ਉਹ ਇਹ ਸੰਕਟ ਤੋਂ ਮੈਨੇਜ ਕਰ ਜਾਂਦੇ ਆ ਜਿਵੇਂ ਕਿ ਅਮਰੀਕਨ ਵੱਡੀਆਂ ਮਹਿੰਗੀਆਂ ਲੋ ਫਰਮਾਂ ਨੂੰ ਉਹਨਾਂ ਨੇ ਅਪਰੋਚ ਕਰ ਲਿਆ ਅਡਾਨੀ ਨੇ ਬਹੁਤ ਮਹਿੰਗੀਆਂ ਜਿਹੜੀਆਂ ਉਹਨਾਂ ਦੀਆਂ ਵੀ ਵੱਡੀਆਂ-ਵੱਡੀਆਂ ਫਰਮਾਂ ਦੋ ਵਾਰੀ ਸੋਚਦੀਆਂ ਵੀ ਅਸੀਂ ਇਹਨਾਂ ਨੂੰ ਹਾਇਰ ਕਰੀਏ ਕਿ ਨਾ ਕਰੀਏ ਉੱਥੇ ਉਹਨਾਂ ਨੇ ਲੀਗਲ ਓਪੀਨੀਅਨ ਲੈਣ ਲਈ ਕਰਤਾ ਤੇ ਜੇ ਉਹ ਪੈਰ ਜਮਾ ਆ ਜਾਂਦੇ ਆ ਦੁਬਾਰਾ ਮੋਦੀ ਜੀ ਨੂੰ ਆਕਸੀਜਨ ਮਿਲ ਜਾਂਦੀ ਐ ਤਾਂ ਮੋਦੀ ਦੇ ਦਿਲ ਵਿੱਚ ਵੀ ਉਹ ਉਹ ਵੀ ਅੰਦਰੋਂ ਇਹ ੜੀਕ ਹੀ ਰਿਹਾ ਹੋਊਗਾ ਕਿ ਆਓ ਸਹੀ ਦੁਬਾਰਾ ਭਾਈ ਤੁਹਾਡਾ ਸਵਾਗਤ ਕਰਦੇ ਆ ਕਿੱਥੇ ਕਰਵਾਉਣਾ ਦਿੱਲੀ ਦੇ ਬਾਹਰ ਤੇ ਕਰਾਉਣਾ ਜਾਂ ਦਿੱਲੀ ਦੇ ਅੰਦਰ ਵਾਟ ਕੇ ਕਰਾਉਣਾ ਇਹ ਹੁਣ ਕਿਸਾਨ ਉਸੇ ਤਰੀਕੇ ਨਾਲ ਤਨਜ਼ੀਮ ਕਰਕੇ ਜਾਣ ਆਪਣੇ ਫੈਸਲੇ ਜਦੋਂ ਲੈਣੇ ਆ ਇਹ ਸਾਰੇ ਲਾਸ ਮਾਈਨਸ ਸੋਚ ਕੇ ਜਾ ਜੀ ਜੀ ਪ੍ਰੋਫੈਸਰ ਜਦੋਂ ਇਹ ਗੱਲ ਹੁੰਦੀ ਹੈ ਉਦੋਂ ਕਿਸਾਨੀ ਅੰਦੋਲਨ ਵੇਲੇ ਵੀ ਚਰਚਾ ਰਹੀ ਕਿ ਕਿਸਾਨ ਕਿਉਂ ਬक्ती ਜਥੇਬੰਦੀਆਂ ਜਾਂ ਕਿਉਂ ਇੰਨੀਆਂ ਜਥੇਬੰਦੀਆਂ ਪੰਜਾਬ ਚ ਵੰਡੇ ਹੋਏ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਹਾਲਾਂਕਿ ਬਹੁਤ ਘੱਟ ਨੇ ਉਹਨਾਂ ਦਾ ਏਕਾ ਉਸ ਕਿਸਮ ਦਾ ਜਾਂ ਉਹਨਾਂ ਦਾ ਦਬਦਬਾ ਉਸ ਕਿਸਮ ਦਾ ਨਹੀਂ ਹੈਗਾ ਕਿਉਂ ਨਹੀਂ ਇੱਕ ਥਾਂ ਤੇ ਇਕੱਠੇ ਹੁੰਦੀਆਂ ਇਹ ਸਵਾਲ ਅੱਜ ਵੀ ਨੇ ਕਿਉਂਕਿ ਜਦੋਂ ਅੱਪਾ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬ ਜਦੋਂ ਇਹ ਗੱਲ ਕਹਿੰਦੇ ਨੇ ਕਿ ਇੱਕ ਸਿੱਖ ਬੈਂਕ ਹੋਣਾ ਚਾਹੀਦਾ ਆ ਤੇ ਇਦਾਂ ਹੀ ਕੀ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਲੜ ਕੇ ਇੱਕ ਬੈਂਕ ਇਹੋ ਜਿਹਾ ਕਿਸਾਨ ਬੈਂਕ ਟਾਈਪ ਜਿਹਾ ਇਹੋ ਜਿਹਾ ਕੁਝ ਵਹਾਜ ਨਹੀਂ ਖੜਾ ਕਰਨਾ ਚਾਹੀਦਾ ਕਿ ਜਿਹਦੇ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਆਪਣੇ ਤੌਰ ਉੱਤੇ ਜਿੰਨਾ ਕ ਹੱਲ ਨਿਕਲਦਾ ਕੋਈ ਆਰਥਿਕ ਤੌਰ ਉਤੇ ਤਾਂ ਕਿ ਉਹ ਖੁਦਕੁਸ਼ੀਆਂ ਨਾ ਕਰ ਦੇਣਾਂ ਦੀ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਸਰਕਾਰ ਨਾਲ ਕਿਵੇਂ ਗੱਲਬਾਤ ਕਰਨੀ ਹੈ ਮਤਲਬ ਕਿ ਇਦਾਂ ਲਾ ਲਓ ਕਿ ਇੱਕ ਧੜਾ ਵਿਰੋਧੀ ਧਿਰ ਵਾਂਗੂ ਹੋਵੇ ਤੇ ਇੱਕ ਤਰ੍ਹਾਂ ਜਿਹੜਾ ਉਕਾਬਜ਼ ਧਿਰ ਵਾਂਗੂ ਹੋਵੇ ਇਸ ਤਰ੍ਹਾਂ ਬੈਲੈਂਸ ਜਾਂ ਬਣਾ ਕੇ ਨਹੀਂ ਤੇ ਇੱਕ ਤਸਵੀਰ ਇਹਨਾਂ ਦੇ ਵਿੱਚ ਇਹ ਵੀ ਨਜ਼ਰ ਆਉਂਦੀ ਹੈ ਕਿ ਜਿਹੜੇ ਜੱਥੇਬੰਦੀਆਂ ਦੇ ਪ੍ਰਧਾਨ ਬਣੇ ਹੋਏ ਨੇ ਜਾਂ ਜਿਨ੍ਹਾਂ ਦੇ ਅੰਡਰ ਜੱਥੇਬੰਦੀਆਂ ਨੇ ਉਹ ਵੀ ਇੱਕ ਤਰੀਕੇ ਦੇ سرمਾਈਦਾਰਾਂ ਵਾਂਗੂ ਬਿਹੇਵ ਕਰਦੇ ਨੇ ਓਵੇਂ ਦੇ ਨਜ਼ਰ ਆਉਂਦੇ ਨੇ ਕਿਸੇ ਨੂੰ ਕੋਈ ਆੜਤੀ ਹੈ ਜਾਂ ਕੋਈ ਵੱਡਾ ਵੱਡਾ ਕਿਸਾਨ ਹੈ ਉਹਦੇ ਵਿੱਚ ਮਜ਼ਦੂਰਾਂ ਦਾ ਉਸ ਕਿਸਮ ਦਾ ਬੋਲਬਾਲਾ ਨਹੀਂ ਕਿ ਚਾਹੀਦਾ ਨਹੀਂ ਕਿ ਅੱਜ ਸਮੇਂ ਦੀ ਲੋੜ ਹੈ ਕਿ ਤੁਸੀਂ ਜਿਹੜਾ ਉਹ ਇੱਕ ਮੁਹਾਜਰੇ ਆ ਕੇ ਖੜੇ ਹੋ ਜੋ ਘੱਟੋ ਘੱਟ ਪੰਜਾਬ ਵਾਲੇ ਤਾਂ ਹੋ ਜਾਣ ਇਸ ਕਿਸਮ ਦਾ ਦੇਖੋ ਜਿਹੜੇ ਕਿਸਾਨਾਂ ਦੇ ਹਿੱਤੇ ਆ ਮਜ਼ਦੂਰਾਂ ਨਾਲ ਲੜਦੇ ਨਹੀਂ ਹਨ ਕਿਸਾਨ ਨੇ ਸਸਤੀ ਮਜ਼ਦੂਰੀ ਲੈਣੀ ਆ ਤੇ ਮਜ਼ਦੂਰ ਨੇ ਜ਼ਿਆਦਾ ਮਜ਼ਦੂਰੀ ਲੈਣੀ ਆ ਤੇ ਉਹ ਕਿਵੇਂ ਇਹ ਟੈਂਪਰੇਰੀਲੀ ਤੇ ਇਕੱਠੇ ਹੋ ਸਕਦੇ ਆ ਤਾਂ ਜਾਂ ਕਿਸੇ ਵਿਚਾਰਧਾਰਕ ਮੰਚ ਤੇ ਇਕੱਠੇ ਹੋ ਸਕਦੇ ਜਿੱਥੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਦੀ ਲੋੜ ਹੋਵੇ ਤੇ ਮਜ਼ਦੂਰਾਂ ਨੂੰ ਕਿਸਾਨਾਂ ਦੀ ਲੋੜ ਹੋਵੇ ਉਹ ਹਿੱਤ ਹਿੱਤ ਮੁਤਾਬਕ ਪਰ ਜੇ ਤੁਸੀਂ ਕਹੋ ਇਹ ਇਕੱਠੇ ਇਕੱਠੇ ਦਾ ਥੋੜਾ ਮੁਸ਼ਕਿਲ ਪਹਿਲੀ ਗੱਲ ਦੂਜਾ ਕਿ ਸਾਰੇ ਕਿਸਾਨ ਕਿਉਂ ਨਹੀਂ ਇਕੱਠੇ ਹੋ ਜਾਂਦੇ ਇਹ ਸਾਡਾ ਸੁਪਨਾ ਆ ਸਾਡੀ ਤਮੰਨਾ ਆ ਅੰਦਰੋਂ ਸਾਡੇ ਦਿਲ ਦੀ ਖਾਹਿਸ਼ ਆ ਵੀ ਇੰਜ ਹੋ ਜੇ ਤਾਂ ਫਿਰ ਦੇਖੋ ਇਹਦਾ ਤਰਕਲ ਨਾ ਲੈਣਾ ਦੇਣਾ ਇਸ ਵਿਚਾਰ ਦਾ ਕੁਝ ਲੈਣਾ ਦੇਣਾ ਨਹੀਂ ਹੈ ਇਹ ਜਿੰਨੀਆਂ ਯੂਨੀਅਨਾਂ ਬਣੀਆਂ ਮੈਂ ਅੰਦਰੂਨੀ ਗੱਲਾਂ ਨੂੰ ਜਾਣਣ ਤੋਂ ਬਾਅਦ ਕਹਿ ਰਿਹਾ ਹਾਂ ਉਹਦੇ ਤੋਂ ਹੋਰ ਚਾਰ ਵੱਧ ਤੇ ਸਕਦੀਆਂ ਘਟ ਨਹੀਂ ਸਕਦੀਆਂ ਤੁਸੀਂ ਉਹ ਆਪ ਹੀ ਫਰਮਾਇਆ ਕਿ ਲੱਕੜੀ ਪੁਨੇ ਦੀ ਗੱਲ ਆ ਚੌਧਰ ਦੀ ਗੱਲ ਆ ਪ੍ਰਧਾਨਗੀ ਦੀ ਗੱਲ ਆ ਮੈਨੂੰ ਇਹ ਵੀ ਗੱਲ ਬਹੁਤ ਦੇਰ ਪਹਿਲਾਂ ਕਾਮਰੇਡਾਂ ਨੇ ਸੁਣਾਈ ਕਿ ਬਹੁਤ ਸਾਰੇ ਕਿਸਾਨ ਮਜ਼ਦੂਰ ਕਾਮਰੇਡ ਉਹਨਾਂ ਵੱਲੋਂ ਵੱਡੀ ਮੂਵਮੈਂਟ ਚੱਲ ਰਹੀ ਸੀ ਤੇ ਜੇਲ੍ਹਾਂ ਚ ਭਰੇ ਗਏ ਉਹਨਾਂ ਨੇ ਕਿਹਾ ਕਿ ਯਾਰ ਜੇਲ੍ਹ ਦੇ ਵਿੱਚ ਆਪਾਂ ਥੋੜਾ ਬੰਦੋਬਾਸਤ ਠੀਕ ਕਰੀਏ ਰੋਟੀ ਦਾ ਇੱਕ ਕਮੇਟੀ ਬਣਾਈ ਉਹਦਾ ਪ੍ਰਧਾਨ ਬਣਾਤਾ ਸਾਫ ਸਫਾਈ ਜਿਹੜਾ ਬਾਹਰ ਸੀਗਾ ਤੇ ਇੱਥੇ ਆ ਹੋਵੇ ਫਿਰ ਕੱਪੜੇ ਜਿਹੜੇ ਧੋਣੇ ਧਮਾਉਣੇ ਉਹਦੀ ਕਮੇਟੀ ਬਣਾ ਕੇ ਇੱਕ ਪ੍ਰਧਾਨ ਬਣਾਤਾ ਹੋਰ ਇਸ ਤਰ੍ਹਾਂ ਦੇ 8-10 ਕਮੇਟੀਆਂ ਬਣਾ ਕੇ ਪ੍ਰਧਾਨ ਬਣਾਤੇ ਇੱਕ ਕੋਈ ਬੰਦਾ ਤਖੜਾ ਸੀਗਾ ਤੇ ਉਹਨੂੰ ਕੁਝ ਨਹੀਂ ਬਣਾਇਆ ਉਹਨੇ ਪਸੂੜੀ ਪਾ ਲਈ ਇਹਨਾਂ ਅਪੀ ਯਾਰ ਹੱਦ ਹੋ ਗਈ ਐ ਸਾਰੇ ਪ੍ਰਧਾਨੇ ਮੇਰੇ ਨਾਲੋਂ ਜ਼ਿਆਦਾ ਐ ਮੈਂ ਇਹਨਾਂ ਸਾਰਿਆਂ ਤੋਂ ਉੱਪਰ ਬੈਠਾ ਸਾਰਿਆਂ ਤੋਂ ਵੱਧ ਮੇਰੀਆਂ ਕੁਰਬਾਨੀਆਂ ਮੇਰਾ ਪਾਸਟ ਰਿਕਾਰਡ ਦੇਖ ਲਓ ਇਹ ਕੌਣ ਹੁੰਦੇ ਆ ਉਹਨੇ ਆਪਣਾ ਡਿਸੈਂਡਿੰਗ ਨੋਟ ਹੀ ਨਹੀਂ ਆਪਣਾ ਝੰਡਾ ਲੜਾਈ ਵਾਲਾ ਉੱਥੇ ਹੀ ਖੜਾ ਕਰਤਾ ਜੇਲ੍ਹ 'ਚ ਬੈਠੇ ਸਾਰੇ ਫਿਰ ਦੁਬਾਰਾ ਸਿਰ ਜੋੜਿਆ ਸੋਚਿਆ ਕਿ ਦੱਸੋ ਕੀ ਕਰੀਏ ਯਾਰ ਗੱਲ ਤੇ ਉਹਦੀ ਠੀਕ ਹੈ ਗਲਤੀ ਤੇ ਹੋ ਗਈ ਹੈ ਹੁਣ ਉਹਨੂੰ ਸੈਟੀਸਫਾਈ ਕਿਵੇਂ ਕਰੀਏ ਇੱਕ ਬੜਾ ਬੰਦਾ ਤਖੜਾ ਸੀ ਉਹਨੇ ਕਿਹਾ ਕਿ ਹੁਣ ਜਿਹੜੀਆਂ ਸਾਡੀਆਂ ਲੈਟ੍ਰੀਨਾਂ ਬੜੀਆਂ ਗੰਦੀਆਂ ਰਹਿੰਦੀਆਂ ਆ ਤਾਂ ਤਾਇਦੀ ਇੱਕ ਸਫਾਈ ਦੀ ਕਮੇਟੀ ਬਣਾਉਣੀ ਆ ਉਹਦਾ ਪ੍ਰਧਾਨ ਬਣਾ ਦਿਓ ਉਹ ਵਾਹ ਤਾੜੀ ਮਾਰੀ ਤੇ ਸੁਭਾਈ ਦਾ ਪ੍ਰਧਾਨ ਬਣ ਕੇ ਉਹ ਖੁਸ਼ ਹੋ ਗਿਆ ਬੰਦਾ ਇਲਾਟਰਨਾ ਦੀ ਸਫਾਈ ਦੀ ਦੇਖਭਾਲ ਇਹ ਬੰਦਾ ਕਰੂਗਾ ਹੁਣ ਉਹਦੇ ਚੋਂ ਕੱਢਣ ਪਾਉਣ ਲਈ ਕੁਝ ਨਹੀਂ ਹੈ ਇੱਕ ਖਸਾਂ ਦੀ ਜਿਹੜੀ ਮੈਂਟੈਲਿਟੀ ਕਹਿ ਲਓ ਜਾਂ ਸਾਡੇ ਜਿਹੜੇ ਇਹ ਪਿੰਡੂ ਭਾਈਚਾਰੇ ਦੀ ਹੈ ਚੌਧਰ ਉਸ ਕਰਕੇ ਉਹ ਜਿਹੜੀ ਚੌਧਰੇ ਕਰੀ ਮਿਲ ਗਈ ਜਿਹੜਾ ਪ੍ਰਧਾਨ 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 ਘਵਾਉਣ ਦਾ ਤੇ ਸੁਣ ਦਾ ਕੰਨਾਂ ਨੂੰ ਆਦਤ ਪੈ ਗਈ ਫੇ ਥੱਲੇ ਕਿਵੇਂ ਉਤਰੂਗਾ ਇਸ ਕਰਕੇ ਇਹ ਤੇ ਸਾਡੀ ਹੈਗੀ ਬੇਸਕੂਲ ਥਿੰਕਿੰਗ ਹਾਂ ਕੋਈ ਓਵਰਆਲ ਵੱਡੀ ਪਾਰਟੀ ਜਾਂ ਰਾਜਨੀਤਿਕ ਮਾਹੌਲ ਜਾਂ ਲੋਕਾਂ ਦਾ ਅਭਾਰ ਜਿਹੜਾ ੱੱੱਕਾ ਮਾਰੇ ਤੇ ਇਹਨਾਂ ਨੂੰ ਇੰਜ ਜੋੜਦੇ ਇਧਰ ਵੀ ੱੱਕਾ ਵੱਜੇ ਇਧਰ ਵੀ ਆ ਤੇ ਫਿਰ ਇਹ ਕੀ ਕਰੂਗਾ ਤੇ ਜੁੜੂਗਾ ਹੀ ਫਿਰ ਤੇ ਹੱਥ ਜੋੜਨੇ ਹੀ ਪੈਣਗੇ ਜਿਵੇਂ ਮਜਬੂਰੀ ਦੇ ਆ ਜਾਂ ੱੱਕੇ ਦੇ ਆ ਇਸ ਤਰ੍ਹਾਂ ਜਿਵੇਂ ਮੈਂ ਜੋੜ ਕੇ ਦੱਸਦਾ ਇਧਰ ਵੀ ੱੱਕਾ ਪੈ ਰਿਹਾ ਇਧਰ ਵੀ ਪੈ ਰਿਹਾ ਹੱਥ ਜੋੜੇ ਹੋਏ ਲੋਕਾਂ ਨੂੰ ਲੱਗਦਾ ਬਾਬਾ ਹੱਥ ਜੋੜੇਗਾ ਉਹਨੂੰ ਪਤਾ ਮੇਰਾ ਹੱਥ ਛੱਡੋ ਭਾਵੇਂ ਮੈਂ ਹੱਥ ਨਹੀਂ ਛੱਡ ਰ ਮੈਂ ਤਾਂ ਮਰਿਆ ਪਿਆ ਦਬਾਈ ਇਹਨਾਂ ਮੈਂ ਕੀ ਕਰਾਂ ਉਦੋਂ ਇਹ ਇਕੱਠੇ ਹੋ ਸਕਦੇ ਸਿਕੰਦਰ ਜਿਸ ਤਰ੍ਹਾਂ ਸਿੰਘੂ ਟਿਕਰੀ ਦੇ ਸੀਗੇ ਤੁਹਾਨੂੰ ਪਤਾ ਅਗਰਾਹਾ ਉਹਨੇ ਆਪਣੀ ਉਥੇ ਅਲੱਗ ਰੱਖੀ ਸਟੇਜ ਥਰੂਆਊਟ ਸਾਂਝੇ ਮੋਰਚੇ 'ਚ ਵੀ ਆਉਂਦਾ ਸੀ ਮੀਟਿੰਗ 'ਚ ਵੀ ਆਉਂਦਾ ਹੈ ਕਹਿੰਦਾ ਆਪਾਂ ਇਹਨਾਂ ਦੇ ਨਾਲ ਨਹੀਂ ਜਾ ਸਕਦੇ ਉੱਥੇ ਰਹਿੰਦਿਆਂ ਵੀ ਅਲੱਗ ਸੀਗੇ ਹੋਰ ਵੀ ਕਈ ਇਥੇ ਕਾਵਾਂ ਜਿਹੜੇ ਤੁਹਾਡੇ ਕਿਸਾਨ ਮਜ਼ਦੂਰ ਵਾਲੇ ਸੰਘਰਸ਼ ਕਮੇਟੀ ਵਾਲੇ ਇਹ ਬੁਲਾਤੇ ਅੰਬਰਸਰ ਵਾਲੇ ਲੱਖ ਮੋਰਚਾ ਲਾਇਆ ਸੀ ਉੱਥੇ ਉਹਨਾਂ ਨੇ ਉਹ ਕਹਿੰਦੇ ਠੀਕ ਹੈ ਤਾਂ ਤੂੰ ਹੀ ਆ ਅਸੀਂ ਭਰਾ ਸੀ ਅਸੀਂ ਆ ਸਾਡੀ ਮਿਸਲ ਲੱਗਿਆ ਤੁਹਾਡੀ ਮਿਸਲ ਅਲੱਗ ਤੁਸੀਂ ਐਵੇਂ ਛੋੜੀਆਂ ਛੋਟੀਆਂ ਮਿਸਲਾਂ ਜੀਆਂ ਇਕੱਠੀਆਂ ਗਿਆ ਸਾਡੀ ਝੰਡੇ ਦੀ ਬਲੰਦੀ ਅਲੱਗ ਰਹੂਗੀ ਉੱਥੇ ਵੀ ਜਿੱਥੇ ਇੰਨਾ ਕੁਝ ਸੀ ਥੋੜਾ ਥੋੜਾ ਫਰਕ ਅੱਗੇ ਪਿੱਛੇ ਸੀਗਾ ਹੁਣ ਇਹਨਾਂ ਗੱਲਾਂ ਨੂੰ ਆਪਾਂ ਛੱਡੀਏ ਗੱਲ ਇਹ ਹੈਗੀ ਹੈ ਕਿ ਸਾਡੀ ਕਿਸਾਨ ਵੀਰਾਂ ਨੂੰ ਇਸ ਮਾਧਿਅਮ ਰਾਹੀਂ ਬੇਨਤੀ ਹੈ ਕਿ ਇਹਨੂੰ ਜਿਹੜੀ ਹੈ ਨਾ ਆਪਾਂ ਦਿੱਲੇ ਮਾਰਨੇ ਸ਼ੁਰੂ ਕਰਤੇ ਆ ਜਾਂ ਮੁਰਦੇ ਗੱਡੇ ਪੁੱਟਣੇ ਸ਼ੁਰੂ ਕਰਤੇ ਵੀ ਕਿਹਨੇ ਕਿਹਨੂੰ ਮਾਰਿਆ ਕਿਹਨੇ ਲੱਕੇ ਦੀ ਲੱਤ ਤੋੜੀ ਸੀ ਦੁਬਾਰਾ ਪੋਸਟਮਾਰਟਮ ਕਰੋ ਇਹ ਨਹੀਂ ਜੇ ਹੁਣਾ ਇਹਨੇ ਤੁਹਾਨੂੰ ਬਹੁਤ ਬਦਨਾਮ ਕਰਨਾ ਤੇ ਲੋਕਾਂ ਨੂੰ ਨਰਾਸ਼ ਕਰਨਾ ਤੇ ਆਉਣ ਵਾਲੀ ਸਮੇਂ 'ਚ ਮੂਵਮੈਂਟ ਦੇ ਸਕੋਪ ਨੂੰ ਕਮਜ਼ੋਰ ਕਰਨਾ ਇਹ ਤੁਸੀਂ ਦੇਖਿਓ ਇਸ ਦੀ ਪਹਿਲੀ ਗੱਲ ਤੇ ਉਹ ਸਾਰੇ ਵੀਰ ਚੋ ਕਰਕੇ ਜੂਨੀਅਨ ਇੱਕ ਦੀ ਕੋਈ ਹੋਰ ਬਣਾ ਲੈਣ ਲੋਕਾਂ ਨੂੰ ਕੋਈ ਬੂਤ ਨਹੀਂ ਜੇ 32 ਦੀਆਂ 63 ਬਣ ਜਾਣਗੀਆਂ ਕੀ ਫਰਕ ਆ ਅਗਰਾਹਾਂ ਵਾਲੇ ਦੋ ਬਣਾ ਲਓ ਜਿਹੜੇ ਬਾਹਰ ਕੱਢੇ ਉਹ ਵੀ ਇੱਕ ਛੋਟੀ ਜੀ ਹੋਰ ਬਣਾ ਲਓ ਜੇ ਵੱਡੀ ਨਹੀਂ ਬਣਦੀ ਤੇ ਜੇ ਮਨਜੀਤ ਧਨੇਰ ਹੁਣੀ ਆ ਜੇ ਉਹਨਾਂ ਨੇ ਉਹਨਾਂ ਵਿਰੁੱਧ ਝੰਡਾ ਚੱਕਦਾ ਤੁਸੀਂ ਇੱਕ ਜੂਨੀਅਨ ਤਿੰਨ ਚਾਰ ਝੱਲੀਆਂ ਦੀ ਕਾਫੀ ਵੱਡੀ ਜੂਨੀਅਨ ਬਣ ਜਾਂਦੀ ਹੈ ਤੁਸੀਂ ਵੀ ਇੱਕ ਬਣਾ ਲਓ ਜਿੱਥੇ ਜਿੱਥੇ ਤੁਹਾਡਾ ਬੋਲਬਾਲਾ ਹੈਗਾ ਪਰ ਉਹ ਲੋਕਾਂ ਨੂੰ ਮਤਲਬ ਉਹਨਾਂ ਤੱਕ ਤੇ ਮਨਜ਼ੂਰ ਆ ਪਰ ਜੇ ਤੁਸੀਂ ਬਿਆਨਬਾਜ਼ੀ ਕਰ-ਕਰ ਕੇ ਰੋਜ਼ ਇੱਕ ਦੂਜੇ ਦੇ ਕੱਪੜੇ ਪਾੜੋਗੇ ਫੇਰ ਲੋਕ ਕਹਿਣਗੇ ਚੰਗਾ ਮੁਰਕੇ ਆਇਆ ਸਾਡੇ ਵੱਲ ਅਸੀਂ ਤੁਹਾਨੂੰ ਨਾਲੇ ਫੰਡ ਵੀ ਦੇਾਂਗੇ ਤੇ ਨਾਲੇ ਡੰਡ ਵੀ ਦੇਾਂਗੇ ਇਸ ਕਿਸਮ ਦਾ ਇਹਨਾਂ ਨੂੰ ਬਿਲਕੁਲ ਬਹੁਤ ਜ਼ਿੰਮੇਵਾਰੀ ਵਾਲ ਦੇਖੋ ਲੋਕ ਤੁਹਾਨੂੰ ਮੌਕੇ ਦਿੰਦੇ ਆ ਪਰ ਲੋਕ ਤੁਹਾਡੇ ਤੋਂ ਉਮੀਦ ਕਰਦੇ ਕਿ ਤੁਸੀਂ ਜ਼ਿੰਮੇਵਾਰ ਲੀਡਰ ਦੇ ਤੌਰ ਤੇ ਨਿਭੋ ਬਿਲਕੁਗ ਇਹ ਨਾ ਹੋਵੇ ਕਿ ਤੇ ਲੋਕਾਂ ਦਾ ਵਿਸ਼ਵਾਸ ਚੱਕਿਆ ਜਾਏ ਜਿਵੇਂ ਹੁਣ ਪ੍ਰੋਫੈਸਰ ਸਾਹਿਬ ਗੱਲ ਹੈ ਕਿ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਉਧਰਲੇ ਪਾਸੇ ਬਰਗਾੜੀ ਵਾਲਾ ਚੱਲ ਰਿਹਾ ਹੈ ਲੋਕਾਂ ਦੇ ਵਿੱਚ ਠੀਕ ਹੈ ਇਹਨਾਂ ਵੱਲੋਂ ਜਾ ਜਾ ਕੇ ਕਿਹਾ ਜਾ ਰਿਹਾ ਕਿ ਭਾਈ ਮੋਰਚੇ 'ਚ ਪਹੁੰਚੋ ਵਰਗਾੜੀ ਵਾਲੇ ਕਹਿੰਦੇ ਤੁਸੀਂ ਨਹੀਂ ਆਉਂਦੇ ਇਹ ਇਧਰਲੇ ਕੋਮ ਇਨਸਾਫ ਮੋਰਚੇ ਵਾਲੇ ਜਾ ਕੇ ਲੋਕਾਂ ਨੂੰ ਗਲੀ ਗਲੀ ਦੇ ਵਿੱਚ 호ਕਾ ਦੇ ਰਹੇ ਨੇ ਨੌਜਵਾਨ ਕਿ ਭਾਈ ਉੱਥੇ ਪਹੁੰਚੋ ਬੰਦੀ ਸਿੰਘਾਂ ਦਾ ਮਸਲਾ ਹੈ ਜਾਂ ਪੰਜਾਬ ਦਾ ਮਸਲਾ ਹੈ ਜਾਂ ਬੇਅਦਬੀਆਂ ਦਾ ਮਸਲਾ ਗੁਰੂ ਦੇ ਆਪ ਤੇ ਉਹ ਜੋ ਇਹਦੇ ਵਿੱਚ ਹੁਣ ਇਹ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਵੀ ਸਪੈਸ਼ਲ ਇਹਦੇ ਬਾਰੇ ਇੱਕ ਟਵੀਟ ਕਰਨਾ ਪਿਆ ਕਿ ਭਾਈ ਜਿਨ੍ਹਾਂ ਨੇ ਬਰਗਾੜੀ ਵਾਲਾ ਉੱਥੇ ਘੱਟ ਸੜਕ ਰੁਕੀ ਹੋਈ ਹੈ ਉਹ ਇੱਕ ਪਾਸਾ ਮਤਲਬ ਕਿ ਉਹਨੂੰ ਖੁੱਲਾ ਛੱਡਣ ਚਲੋ ਗੱਲਬਾਤ ਹੋ ਗਈ ਧਾਲੀਵਾਲ ਸਾਹਿਬ ਜਾ ਕੇ ਮਿਲ ਕੇ ਆਏ ਤੇ ਇੱਕ ਪਾਸਾ ਉਹਨੇ ਛੱਡਤਾ ਪਰ ਗੱਲ ਫੇਰ ਉੱਥੀ ਆ ਕਿ ਇਨਸਾਫ ਕਦੋਂ ਮਿਲੇਗਾ ਬੇਅਦਬੀ ਵਾਲੇ ਮਸਲਿਆਂ ਦੇ ਵਿੱਚ ਆਖਰਕਾਰ ਚੱਲ ਕੀ ਰਿਹਾ ਹੈ ਠੀਕ ਹੈ ਤੁਸੀਂ ਅਦਾਲਤ ਦੇ ਵਿੱਚ ਆਪਣਾ ਕੋਈ ਨਾ ਕੋਈ ਰੁਕ ਉਹ ਤੇ ਜਾ ਕੇ ਸਪਸ਼ਟ ਕਰ ਦਿੰਨੇ ਹੋ ਜਾਂ ਕੋਈ ਗਲਬਤ ਅੱਗੇ ਤੁਰਦੀ ਐ ਫਿਰ ਉਹ ਰੁਕ ਕਿਉਂ ਜਾਂਦੀ ਐ ਇਹ ਬੜੇ ਤਰੀਕੇ ਦੇ ਸਵਾਲ ਨੇ ਕਿ ਆਖਰਕਾਰ ਹੁਣ ਮਜਬੂਰੀ ਕੀ ਐ ਜਿਹੜੇ ਕਹਿੰਦੇ ਸੀ ਕਿ ਘੰਟਿਆਂ ਦੀ ਖੇਡ ਐ ਉਹ ਹੁਣ ਸਾਲ ਹੋਣ ਵਾਲਾ ਹੋ ਗਿਆ ਤੇ ਹੁਣ ਤੱਕ ਕੋਈ ਵੀ ਜਿਵੇਂ ਕਹਿੰਦੇ ਪੂਣੀ ਕੱਤਰ ਵਾਲਾ ਕੰਮ ਹੋਇਆ ਪਿਆ ਸੁਿੰਦਰੇ ਪਹਿਲੀ ਵਾਰ ਇਦਾਂ ਹੀ ਆਪਾਂ ਤੇ ਸੱਤ ਸਾਲੀ ਲਗਾਤਾਰ ਕੋਈ ਨਾ ਕੋਈ ਮੋਰਚਾ ਤੇ ਲੱਗਾ ਹੀ ਰਿਹਾ ਧਿਆਨ ਚੰਗ ਮੰਡ ਵਾਲਾ ਵੀ ਸੀਗਾ ਇਹ ਹੁਣ ਸੁਖਰਾਜ ਹੋਣੀ ਐ ਬਰਗਾੜੀ ਵਾਲਾ ਜਿਹੜਾ ਜੱਬੇ ਚ ਐਡੀ ਵੱਡੀ ਰੈਲੀ ਹੋਈ ਸੀ ਬਹੁਤ ਪੰਜਾਬ ਢੋਕਿਆ ਸੀ ਉਸ ਦਾ ਕੋਈ ਮੈਨੂੰ ਇਹ ਇਜਾਦ ਆ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਹੁਣ ਸੰਗਰੂਰ ਤੋਂ ਐਮਪੀ ਬਣੇ ਆ ਉਹ ਬੋਲੇ ਵੀ ਨਹੀਂ ਉਸ ਰੈਲੀ 'ਚ ਨਾਲੇ ਉਹ ਸੂਤਰਤਾ ਹਾਰ ਸੀਗੇ ਉੱਠ ਕੇ ਆ ਗਏ ਮੈਂ ਲੱਗੇ ਸੀ ਸਟੇਜ ਤੇ ਮੈਂ ਦੇਖਿਆ ਯਾਰ ਹਾਤੋ ਕੀ ਪਤਾ ਨਹੀਂ ਕਿਉਂ ਉੱਠ ਕੇ ਚਲੇ ਗਏ ਬੋਲੇ ਹੀ ਨਹੀਂ ਓਵਰ ਆਲ ਮੇਰਾ ਇਹ ਸਾਂ ਗੱਲਾਂ ਦਾ ਕਿ ਦੇਖੋ ਜਦੋਂ ਪਹਿਲੀ ਗੱਲ ਇਹ ਕਿ ਇਮਾਨਦਾਰੀ ਹੋਣੀ ਚਾਹੀਦੀ ਹੈ ਤੁਸੀਂ ਜਿੰਨੀਆਂ ਵੀ ਧਿਰਾਂ ਆ ਕੋਈ ਵੀ ਮੋਰਚਾ ਲਾਉਣ ਤੋਂ ਪਹਿਲਾਂ ਇਕੱਠੇ ਕਿਉਂ ਨਹੀਂ ਹੁੰਦੇ ਕਿਸਾਨ ਹੋਏ ਸੀ ਕਿਸਾਨ ਹੋਏ ਸੀ ਇੱਥੇ ਪੂਰੀ ਐਕਸਰਸਾਈਜ਼ ਕਰਕੇ ਦਿੱਲੀ ਵੱਲ ਕੂਚ ਕੀਤਾ ਸੀ ਰੀਅਲੀ ਰੋ ਰੇਲ ਰੋ ਕੋ ਫਲਾਣਾ ਕਰੋ ਤੁਹਾਨੂੰ ਪਤਾ ਇੱਥੇ ਕਈ ਮਹੀਨੇ ਪਹਿਲਾਂ ਲੱਗੇ ਰਹੇ ਜੀ ਉਹਦੇ ਚ ਉਹਨਾਂ ਨੇ ਇੱਕ ਸ='%u0928%u093e%u092c%u0941%u0924%u0924%u0924%u0924%u0924%u0924%u0924%u0924%u0924%u0924%u0924%u0924%u0924%u0924%u0924%u0924%u0924%u0924%u0924%u0924%u ਇਹ ਜਿਹੜੇ ਮੋਰਚੇ ਲੱਗਦੇ ਆ ਸੰਗਰਾਜ ਹੋਣਾ ਦਾ ਆ ਉੱਥੇ ਉੱਥੇ ਇੱਕ ਲੱਗਾ ਬਰਗਾੜੀ ਜਾਂ ਇੱਥੇ ਇੱਕ ਲੱਗਾ ਮਹਾਲੀ ਇਹ ਇਸ ਤਰ੍ਹਾਂ ਨਹੀਂ ਕਰਦੇ ਹੈਗੇ 10 ਲਗ ਲਗ ਧਿਰਾਂ ਇਕੱਠੀਆਂ ਹੋ ਗਈਆਂ ਲਓ ਜੀ ਕਰੋ ਪ੍ਰੈਸ ਕਾਨਫਰੈਂਸ ਝੰਡਾ ਘੜ ਦਿਓ ਬਾਕੀ ਆਪੇ ਆ ਜਾਣਗੇ ਬਾਕੀ ਕਿਉਂ ਆਉਣਗੇ ਭਈ ਉਹ ਕਹਿੰਦੇ ਐਸੀ ਤੇ ਭਾਈਦਾਰ ਨਹੀਂ ਆ ਸਾਂਝੀ ਵਾਲਤ ਨਹੀਂ ਉਹ ਤੇ ਬਰਾਬਰ ਦੀ ਸਾਂਝੀ ਵਾਲਤਾ ਚਾਹੁੰਦੇ ਆ ਕੋਈ 5 ਹੋਵੇ ਤੇ ਕੋਈ 50 ਹੋਵੇ ਜਦੋਂ ਸਾਂਝੀ ਵਾਲਤਾ ਹੁੰਦੀ ਆ ਉਦੋਂ ਬਰਾਬਰ ਹੁਣ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਥੋੜਾ ਜਿਹਾ ਅਮਰੀਕਾ ਦਾ ਝੰਡਾ 100 ਗੁਣਾ ਨੇਪਾਲ ਨਾਲੋਂ ਉੱਚਾ ਆ ਝੰਡੇ ਸਾਰਿਆਂ ਦੇ ਬਰਾਬਰ ਆ ਨੇਪਾਲ ਕਿੱਥੇ ਤੇ ਕਿੱਥੇ ਅਮਰੀਕਾ ਕਿੱਥੇ శ్రీਲੰਕਾ ਕਿੱਥੇ ਭਾਰਤ ਸਾਰਿਆਂ ਦੇ ਬਰਾਬਰ ਆ ਉਹ ਭਾਈਵਾਲਤਾ ਸਾਂਝੀਵਾਲਤਾ ਉਹ ਹੁਣੀ ਜ਼ਰੂਰੀ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਬੰਦੇ ਕਿਸੇ ਆਪਣੀ ਰਾਜਨੀਤਿਕ ਸੋਚ ਦੇ ਤਹਿਤ ਜਾਂ ਕੋਈ ਆਪਣੀ ਪੋਲਿਟਿਕਸ ਦੇ ਤਹਿਤ ਜਾਂ ਕੋਈ ਆਪਣੀ ਖਾਸ ਕਿਸਮ ਦੀ ਸਕੀਮ ਦੇ ਤਹਿਤ ਆਪ ਬੱਦੇ ਬੈਠ ਕੇ ਕੋਈ ਮੋਰਚਾ ਲਾ ਲੈਨੇ ਆ ਪਰ ਠੀਕ ਆ ਲਾ ਲਓ ਕਰੀ ਚੱਲੋ ਮਿਹਨਤ ਕਰੋ ਨਾ ਲਾਉਣ ਨਾਲੋਂ ਛੋਟਾ ਵੀ ਚੰਗਾ ਤੁਹਾਨੂੰ ਜੋ ਜਿੰਨਾ ਕੋ ਹੋਊਗਾ ਨਹੀਂ ਠੀਕ ਆ ਇਸੇ ਤਰੀਕੇ ਨਾਲ ਜਿਹੜਾ ਜਦੋਂ ਇਹ ਦੋ ਮੋਰਚੇ ਲੱਗਣ ਦਾ ਕੋਈ ਮਤਲਬ ਨਹੀਂ ਸੀ ਬਣਦਾ ਨਹੀਂ ਤੁਸੀਂ ਸਮਝ ਸਕਦੇ ਕੋਈ ਬਣਦਾ ਕੋਈ ਜੇ ਮਾਮਲੇ ਆ ਉਹ ਵੀ ਉੱਥੇ ਲੜਦੇ ਇਹ ਵੀ ਕਹਿੰਦੇ ਕੋ ਤਾਂ ਸਾਹ ਮਿਲੇ ਇਹ 328 ਜਾਂ ਕਿਨੇ ਗੁਰੂ ਗ੍ਰੰਥ ਸਾਹਿਬਾਂ ਦਾ ਉਹਨਾਂ ਦਾ ਹਸਾਬតាម ਉਹ ਉੱਥੇ ਬੈਠ ਕੇ ਵੀ ਮੰਗਿਆ ਜਾਂਦਾ ਬੰਦੀ ਸਿੰਘਾਂ ਦਾ ਸਖਬੀਰ ਬਾਲਦੇਤ ਤੋਂ ਪਿਛਲੀ ਸੰਗਰੂਰ ਦੀ ਸੀਟ ਤੋਂ ਲੈ ਕੇ ਕਿੰਨੀ ਵਾਰੀ ਬੰਦੀ ਸਿੰਘਾਂ ਦਾ ਉੱਠਿਆ ਉਹਨਾਂ ਵੀ ਤੇ ਇਹੀ ਠਾਇਆ ਸੀ ਸਾਰਿਆਂ ਨੂੰ ਇਕੱਠੇ ਕਰਤਾ ਸੀ ਇੱਕ ਵਾਰੀ ਦਾਦੂਵਾਲ ਵੀ ਵਿਚੇ ਮੀਟਿੰਗ ਦੇ ਆ ਸਿਮਰਨਜੀਤ ਸਿੰਘ ਮਾਨ ਆਇਆ ਉਹਨਾਂ ਦੀ ਮੀਟਿੰਗ ਤੁਹਾਨੂੰ ਯਾਦ ਹੈ ਜਦੋਂ ਵੱਡਾ ਫਰੰਟ ਬਣਾਇਆ ਚੋਮਣੀ ਕਾਲੀ ਦਲ ਸਖਬੀਰ ਉਹਨਾਂ ਨੇ ਅੱਗੇ ਲਾ ਕੇ ਬਣਾਇਆ ਆਪ ਵੀ ਆਪਣੇ ਆਪ ਨੂੰ ਨੀਵੇਂ ਹੋ ਕੇ ਉਹਦੇ ਚ ਆਏ ਪਰ ਨਹੀਂ ਚੱਲਿਆ ਇਹ ਵੀ ਜੇ ਮਾਈਨਸ ਪੋਲੀਟੀਕਲ ਪਾਰਟੀਆਂ ਕਰਕੇ ਇੱਕ ਸੈਂਸੀਅਰ ਸੰਜੀਦਾ ਇਮਾਨਦਾਰਾਣਾ ਕੋਸ਼ਿਸ਼ ਕਰਦੇ ਤੇ ਸ਼ਾਇਦ ਉਹਦੇ ਚ ਕੁਝ ਨਿਕਲੂ ਸਾਡੇ ਮੇਰੇ ਵੀਰ ਪੰਜਾਬੀ ਜਿੱਥੇ ਜਜਾਰੂ ਹੈ ਉਥੇ ਵਿਗਾੜੂ ਵੀ ਹੈਗੇ ਆ ਵਿਗਾੜੂ ਦਾ ਮਤਲਬ ਇਕੱਠੇ ਨਹੀਂ ਰਹਿੰਦੇ ਇੱਕ ਦੂਜੇ ਨਾਲ ਵਿਗਾੜ ਕੇ ਰਹਿੰਦੇ ਆ ਜੇ ਮੋਢਾ ਮਾਰ ਕੇ ਦੇ ਦੋ ਤੂਫਾਨ ਹੁੰਦਾ ਉਥੋਂ ਹੀ ਮਾਰ ਦੀ ਖਾ ਜਾਂਦੇ ਆ ਇਹਨਾਂ ਮੋਰਚਿਆਂ ਦੀ ਜਿਹੜੀ ਸਭ ਤੋਂ ਵੱਡੀ ਕਮਜ਼ੋਰੀ ਆ ਉਹ ਐਸੇ ਹੀ ਸੋਚ ਦੇ ਵਿੱਚ ਪਈ ਹੋਈ ਆ ਕਿ ਬਾਕੀ ਦੇ ਮੇਰੇ ਤੇ ਢੇਰੀ ਹੋ ਜਾਣ ਤੇ ਮੈਂ ਜਦੋਂ ਇਹ ਤਾਂ ਆ ਕਿਤੇ ਮੈਂ ਪਹਿਲਾਂ ਨਾ ਕਿਸੇ ਨੂੰ ਪੁੱਛਾਂ ਉਹਦੇ ਕਰਕੇ ਕਮਜ਼ੋਰੀਆਂ ਤੇ ਉਹਦੇ ਕਰਕੇ ਦਿੱਕਤਾਂ ਵੀ ਬਾਅਦ ਵਿੱਚ ਆਉਂਦੀਆਂ ਇਹੋ ਜਿਹੇ ਮੋਰਚਿਆਂ ਨੂੰ ਲੰਬੀ ਦੇਰ ਤੱਕ ਚਲਾਉਣ ਲਈ ਹਾਂਜੀ ਉਧਰ ਪ੍ਰੋਫੈਸਰ ਸਾਹਿਬ ਸਰਕਾਰ ਤੇ ਸਵਾਲ ਉੱਠਦੇ ਨੇ ਕਿ ਮੁੱਖ ਮੰਤਰੀ ਸਾਹਿਬ ਦੀ ਘਰਵਾਲੀ ਨੂੰ 40 ਸਿਕਿਉਰਿਟੀ ਗਾਰਡ ਸ਼ਾਇਦ ਕਹਿੰਦੇ ਲਾਪਤੇ ਗਿਣਤੀ ਦੇ ਵਿੱਚ ਲਗਾਤਾਰ ਵਾਅਦਾ ਕਰਤਾ ਤੇ ਉਹਨੂੰ ਲੈ ਕੇ ਕਿ ਪਿਛਲਿਆਂ ਦੇ ਉੱਤੇ ਤੁਸੀਂ ਸਵਾਲ ਚੁੱਕਦੇ ਸੀ ਤੰਜ ਕੱਸਦੇ ਸੀ ਉਹ ਜਦੋਂ ਤੁਹਾਡੀ ਵਾਰੀ ਆਈ ਤਾਂ ਤੁਸੀਂ ਕਹਿੰਦੇ ਹੋ ਕਿ ਪ੍ਰੋਟੋਕੋਲ ਦੀ ਗੱਲ ਹੈ ਜੀ ਕਦੇ ਮੁੱਖ ਮੰਤਰੀ ਸਾਹਿਬ ਦੇ ਭੈਣ ਜੀ ਜਿਹੜੇ ਉਹ ਐਕਟਿਵ ਨਜ਼ਰ ਆਉਂਦੇ ਨੇ ਕਦੇ ਉਹਨਾਂ ਦੇ ਮਾਤਾ ਜੀ ਨਜ਼ਰ ਆਉਂਦੇ ਨੇ ਕਦੇ ਇਹਨਾਂ ਦੇ ਐਮ ਐਲ ਏ ਜਿਹੜੇ ਨੇ ਬੀਬੀਆਂ ਉਹਨਾਂ ਦੇ ਘਰ ਵਾਲੇ ਜਿਹੜੇ ਨੇ ਉਹ ਉਦਘਾਟਨ ਕਰਦੇ ਨਜ਼ਰ ਆ ਜਾਂਦੇ ਨੇ ਇਹ ਇਹ ਬੜੇ ਸਵਾਲ ਉੱਠਦੇ ਨੇ ਕਿ ਫਿਰ ਫਰਕ ਕੀ ਕਰ ਰਹੇ ਹੋ ਤੁਸੀਂ ਤੁਸੀਂ ਨਾ ਅਗਲਾ ਸਵਾਲ ਕਰਿਆ ਕਰੋ ਇਹ ਸਵਾਲ ਤੇ ਹੈ ਜਿਹੜਾ ਸਾਰਿਆਂ ਨੂੰ ਦਿਖਦਾ ਸਵਾਲ ਇਹ ਕਰਿਆ ਕਰੋ ਕਿ ਸਿਕਿਉਰਿਟੀ ਦੀ ਕਿਹਨੂੰ ਲੋੜ ਆ ਹੂੰ ਕਿਸੇ ਸਾਧੂ ਨੂੰ ਸਿਕਿਉਰਿਟੀ ਦੀ ਲੋੜ ਹੈ ਜੇ ਨੇ ਲੋਕਾਂ ਦਾ ਸੇਵਾ ਕਰਨੀ ਆ ਉਹ ਤੇ ਆਪਣੀ ਸਿਕਿਉਰਿਟੀ ਆ ਉਹਦੀ ਜਨਤਾ ਵੀ ਸਿਕਿਉਰਿਟੀ ਆ ਉਹਦੀ ਸੋਚ ਉਹਦੀ ਸਿਕਿਉਰਿਟੀ ਆ ਉਹਦਾ ਜਿਹੜਾ ਕਰਮਕਾਂਡ ਆ ਉਹ ਉਹਦੀ ਸਿਕਿਉਰਿਟੀ ਆ ਉਹਨੇ ਤੇ ਦੇਣਾ ਲੋਕਾਂ ਨੂੰ ਤੇ ਚੀਫ ਮਿਨਿਸਟਰਾਂ ਨੇ ਕਿਉਂਕਿ ਝੂਠ ਬੋਲਣੇ ਹੁੰਦੇ ਆ ਗੱਪ ਮਾਰਨੇ ਹੁੰਦੇ ਆ ਸਾਰਿਆਂ ਨੂੰ ਝੂਠੇ ਪੁੱਤ ਦੇਣੇ ਹੁੰਦੇ ਆ ਕਿ ਤੇਰਾ ਵੀ ਹੋ ਗਿਆ ਤੇਰਾ ਵੀ ਹੋ ਗਿਆ ਤੇਰਾ ਵੀ ਹੋ ਗਿਆ ਉਹਨਾਂ ਨੂੰ ਸਿਕਿਉਰਿਟੀ ਦੀ ਇੱਕ ਸਮਝ ਪੈਂਦੀ ਆ ਉਹਨੇ ਇਹਨਾਂ ਦੀ ਵਾਈਫ ਜਿਹੜੀ ਹੈ ਜੰਗ ਲੇਡੀ ਡਾਕਟਰ ਹੈ ਉਹ ਇਹ ਦੱਸੇ ਕਿ ਇੰਨੇ ਕਿਹੜਾ ਇਹੋ ਜਿਹਾ ਕੋ ਕਰਮ ਕਰ ਲਿਆ ਕਿ ਇਹਨੂੰ 40 ਬੰਦਿਆਂ ਦੀ ਲੋੜ ਪੈ ਗਈ ਬੰਦੇ ਤੇ ਪੁਲਿਸ ਵਾਲੇ ਕਦੋਂ ਚਾਹੀਦੇ ਆ ਤੁਹਾਨੂੰ ਜਦੋਂ ਤੁਸੀਂ ਲੋਕਾਂ ਤੋਂ ਡਰਦੇ ਆ ਤੇ ਤੁਸੀਂ ਲੋਕਾਂ ਤੋਂ ਡਰਦੇ ਹੋਦੋਂ ਮੈਂ ਜਦੋਂ ਤੁਸੀਂ ਕੋਈ ਕਾਲਾ ਕੰਮ ਕੀਤਾ ਹੁੰਦਾ ਨਹੀਂ ਤੇ ਡਰੂਗਾ ਕਿਉਂ ਕਿਉਂ ਕੋ ਲੋਕ ਪਾਗਲੇ ਆ ਕਿ ਤੁਸੀਂ ਲੋਕਾਂ ਦੀ ਸੇਵਾ ਕਰਨ ਜਾ ਰਹੇ ਹੋ ਤੇ ਲੋਕ ਤੁਹਾਨੂੰ ਜੁੱਤੀਆਂ ਮਾਰਨਗੇ ਪੱਥਰ ਮਾਰਨਗੇ ਕਿਉਂ ਬਈ ਇਸ ਗੱਲ ਦਾ ਸਵਾਲ ਉੱਥੇ ਉਹਨਾਂ ਨੂੰ ਬੀਬੀ ਜੀ ਨੂੰ ਜਾ ਕੇ ਕਰੋ ਵੀ ਤੁਸੀਂ 1 ਨੇ 2 ਨੇ 4 ਨੇ ਇਕੱਠੇ 40 ਬੰਦੇ ਬੰਨ ਲਏ ਆ ਇੱਥੇ ਤੇ ਲੋਕਾਂ ਦੀ ਉੱਥੇ ਕੋਈ ਰੈਪਟ ਲਿਖਣ ਲਈ ਥਾਣਿਆਂ 'ਚ ਬੰਦਾ ਨਹੀਂ ਹੈਗਾ ਇੰਨਾ 40ਆਂ ਦਾ ਖਰਚਾ ਕਿੰਨੇ ਦੀਆਂ ਤਨਖਾਹਾਂ ਸਾਰਾ ਔਰ ਗੱਡੀਆਂ ਦਾ ਧੂਆਂ ਨਿਕਲਣਾ ਇਹ ਕਿੰਨਾ ਪੈਣਾ ਤੇ ਕੀ ਕੋਈ ਗਹਿਣਾ ਘਟਾ ਤੇ ਨਹੀਂ ਜ਼ਿਆਦਾ ਇਕੱਠਾ ਕਰ ਲਿਆ ਵੀ ਸਿਕਿਉਰਿਟੀ ਚਾਹੀਦੀ ਕੋਈ ਜਾਣੀ ਐਂਜ ਨਾ ਹੋ ਜੇ ਕਿ ਕੋਈ ਲੁੱਟ ਕੇ ਹੀ ਲੈ ਜਾਏ ਪਿੱਛੋਂ ਚੀਫ ਮਿਨਿਸਟਰ ਦਾ ਹੀ ਘਰ ਲੁੱਟਿਆ ਜਾਵੇ ਪੰਜਾਬ ਦੀ ਹਾਲਤ ਤੇ ਇਹੋ ਜਿਹੀ ਹੈ ਤੇ ਜੇ ਜੇ ਚੀ ਮਨਿਸਟਰ ਤਨਖਾਹ ਤੇ ਹੀ ਜੀ ਰਿਆ ਨੰਗ ਧਾਂਗੀ ਆ ਤੇ ਫਿਰ ਇੰਨੇ ਕਾਦੇ ਲਈ ਕੀ ਕੀ ਕਾਰਨ ਹੋ ਗਿਆ ਇਹ ਸਵਾਲ ਜਾ ਕੇ ਤੁਸੀਂ ਆਪਣਾ ਕੈਮਰਾ ਲੈ ਕੇ ਪੁੱਛੋ ਵੀ ਤਾਂ ਨੂੰ ਇਹਨੇ ਬੰਦਿਆਂ ਦੀ ਕਿਸ ਕਾਰਨ ਲੋੜ ਪਈ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਪ੍ਰੋਫੈਸਰ ਸਾਹਿਬ ਸ਼ੁਕਰੀਆ ਧੰਨਵਾਦ ਤੁਹਾਡਾ ਫਿਲਹਾਲ ਆਪਾਂ ਇੱਥੇ ਹੀ ਖਬਰਾਂ ਨੂੰ ਵਿਰਾਮ ਦਿੰਨੇ ਆ ਬਹੁਤ ਬਹੁਤ ਸ਼ੁਕਰੀਆ ਸ੍ਰਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਧੰਨਵਾਦ ਕਿਸਾਨਾਂ ਤੋਂ ਵੀ ਮਾਫੀ ਮੈਂ ਬੜੀ ਇਮਾਨਦਾਰੀ ਨਾਲ ਆਪਣੀ ਸਾਰੀ ਗੱਲ ਕਹੀ ਹੈ ਜੋ ਮੈਂ ਮਹਿਸੂਸ ਕਰਦਾ ਕੋਈ ਕਿਸੇ ਨਾਲ ਮੈਨੂੰ ਨਿੱਜੀ ਕਿਸੇ ਦੀ ਲਾਗਤ ਬਾਜੀ ਨਹੀਂ ਹੈ ਧੰਨਵਾਦੀ